ਪਾਰ ਹੋਵੇ ਤੇ ਪਤਾ ਹੈ ਨਾ ਮੈਂ ਡੁੱਬ ਵੀ ਜਾਣਾ ਹੈ। ਉਹਦਾ ਕਿਹੜਾ ਮੂੰਹ ਖਾਓ, ਪਤਾ ਹੈ ਨਾ ਮੈਂ ਡੁੱਬ ਵੀ ਜਾਣਾ ਹੈ ਜੀ ਜੀ, ਤੇ ਤਾਂ ਵੀ ਹੁਣ ਉੱਥੋਂ ਜਾ ਕੇ ਲੈ। ਤੀਸਰਾ ਸੁਬਾ ਸੋਈ ਹੈ ਸਿੰਧ ਨਸਲ ਦੇ ਨੇ ਮੱਝਿਆ ਵੇਖ ਚੱਕ ਕਿਉਂ ਕਿਆ ਬਾਤ ਆ ਚੱਕ ਜ਼ਿੰਦਾਬਾਦ। ਇਹਦਾ ਹੀ ਪੁੱਤਰ ਇਸ ਕੁਛ ਇਹਦਾ ਪੈਕਟ ਵੀ ਪੈਕੇਜ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਸੋਮਵਾਰ ਦਾ ਤੇ ਇਸ ਟਾਈਮ ਸ਼ੇਰੇ ਪਾਕਿਸਤਾਨ ਸ਼ਾਲਕੋਟ ਦੇ ਮਾਸ਼ਾਅੱਲਾ ਜੀ ਜ਼ਿੰਦਾ ਦਿਲ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਨੇ ਇੱਕ ਦਫਾ ਫੇਰ ਦਿਲ ਖੁਸ਼ ਕੀਤਾ ਦੋਸਤਾਂ ਵਾਸਤੇ 8 ਟਾਪ ਕਲਾਸ ਮੱਝਾਂ, ਇਸ ਤੋਂ ਇਲਾਵਾ 2 ਗਾਵਾਂ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 2 ਲੱਖ, ਸਾਰੇ ਜਾਨਵਰਾਂ ਦੀ ਤਸੱਲੀ ਕਰਾਉਣੀ ਅਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ ਭਾਈ ਬਲਾਲ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ ਭਾਈ ਬਲਾਲ, ਕੀ ਹਾਲ ਹੈ? ਠੀਕ ਹੋ ਜੀ? ਠੀਕ ਠਾਕ, ਸ਼ੁਕਰ ਹੈ ਮਾਲਕ। ਮਾਸ਼ਾਅੱਲਾ, ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਹਫਤੇ 2 ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਦੋਸਤਾਂ ਨੂੰ, ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਸਿਆਲਕੋਟ ਤਹਿਸੀਲ ਪਸਰੂਰ ਗਾਉਂ ਚੌਕ ਫਲੋੜਾ ਮੇਨ ਸਿਆਲਕੋਟ ਰੋਡ ਦੇ ਉੱਤੇ ਡੇਰਾ ਚਵਿੰਡੇ ਦੇ ਭਰਾ 3 ਕਿਲੋਮੀਟਰ ਭਾਗਵਾਦ ਵੀ 3 ਕਿਲੋਮੀਟਰ। ਠੀਕ ਹੈ ਤੇ ਦੂਸਰਾ ਤੁਹਾਨੂੰ ਵੀਡੀਓ 'ਚ ਵੀ ਮੁਬਾਰਕ ਦੇਵਾਂਗੇ ਦੋਸਤ, ਹੁਣ ਪੁੱਛਣ ਦੇ ਕਮੈਂਟ ਕਰਕੇ ਮੁਬਾਰਕ ਕਾਹਦੀ ਹੈ। ਅਤੇ ਡੇਰਾ ਮਸ਼ਹੂਰ ਹੈ ਜੀ ਸੂਬੇਦਾਰ ਰਫਾਕਤ ਸਾਹਿਬ ਦੇ ਨਾਂ ਤੋਂ, ਮੇਨ ਰੋਡ ਦੇ ਉੱਤੇ ਡੇਰਾ ਹੈ ਜੀ। ਅਤੇ ਚਾਚੂ ਨੇ ਪਿੰਡੀ 10-12 ਜਨਵਰੀ ਇੱਕ ਝੋਟੀ ਦਿੱਤੀ। ਠੀਕ ਹੈ, ਇਹਨੀ ਆਲਰੇਡੀ 10-12 ਲਏ ਨੇ, ਇੱਕ ਅੱਜ ਫਿਰ ਲਈ ਹੋਈ, ਜ਼ਬਰਦਸਤ ਹੋ ਗਿਆ। ਸੂਬੇਦਾਰ ਸਾਹਿਬ ਮੌਜੂਦ ਨੇ, ਜਾਨਵਰਾਂ ਦਾ ਸ਼ੌਕ ਵੀ ਕਰਾਉਂਦੇ ਆ। ਸੂਬੇਦਾਰ ਸਾਹਿਬ ਦਾ ਪੈਗਾਮ ਵੀ ਲੈਂਦੇ ਹਾਂ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਸਰ ਕੀ ਹਾਲ ਹੈ? ਠੀਕ ਹੋ? ਬੜਾ ਸੋਹਣੇ ਮਾਲਕ ਦਾ ਕਰਮ, ਤੁਸੀਂ ਸੁਣੋ। ਅੱਲਾਹ ਪਾਕ ਦਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ, ਸਿਹਤ ਤਬੀਅਤ ਸਾਰੇ ਮਾਮਲਾ ਠੀਕ ਨੇ। ਇਹਦੀ ਮੁਬਾਰਕ ਵਾਲੀ ਫਿਰ ਗੱਲ ਜਿਹੜੀ ਹੋਏ ਆ ਫਿਰ ਓਪਨ ਹੋਈ ਹੈ ਕੀ? ਠੀਕ ਹੋ ਗਿਆ ਸਾਹਿਬ ਜੀ, ਤੁਹਾਡੀ ਤੇ ਨਹੀਂ ਮੋੜਨੀ। ਅੱਛਾ, ਸਭ ਤੋਂ ਪਹਿਲਾਂ ਤਾਂ ਜੀ ਮੇਰੀ ਤਰਫੋਂ, ਤੁਹਾਡੀ ਤਰਫੋਂ, ਮੇਰੇ ਬਰਖੁਦਾਈ ਤਰਫੋਂ, ਬਾਬੇ ਜੀ ਤਰਫੋਂ, ਇਹਨਾਂ ਮਹਿਮਾਨਾਂ ਦੀ ਤਰਫੋਂ ਸਭ ਨੂੰ ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਮੇਰੇ ਸ਼ੇਰ ਦਿਲ ਜਿਹੜੇ ਜਵਾਨ ਨੇ ਪੱਠੇ ਪਾਉਣ ਵਾਲੇ, ਇਹਨਾਂ ਦੀ ਤਰਫੋਂ ਜੀ ਜੀ। ਸੋਰੀ ਫਰਾਜ਼ ਸਾਹਿਬ, ਨੇਕ ਨੀਤੀ ਦਾ ਕੰਮ ਕਰੋ ਨਾ ਤੇ ਰੱਬ ਵੀ ਸਾਥ ਦਿੰਦਾ। ਤੇ ਜੇ ਆਪਣੇ ਡੰਗਰਾਂ ਨਾਲ ਘੱਟ ਵੇਖੋ, ਦੂਰਿਆਂ ਵੇਖ ਵੇਖ ਕੇ ਤੇ ਭੱਜ ਭੱਜ ਕਰੋ ਤੇ ਫਿਰ ਅੱਲਾ ਵੀ ਸਾਥ ਨਹੀਂ ਦਿੰਦਾ। ਆਂਦਾ ਤੂੰ ਉੱਧਰ ਹੀ ਕਰੀ ਜਾ ਤੇ ਇੰਜਾਈ ਕਰਕੇ ਦੇਖੋ, ਮੈਂ ਖਾ ਖੜਾਂ ਤੇ ਸਾਰੇ ਘਰ 'ਚ, ਫਿਰ ਰੱਬ ਵੀ ਸਾਥ ਨਹੀਂ ਦਿੰਦਾ, ਫਿਰ ਰੱਬ ਵੀ ਨਾ ਮੂੰਹ ਮੋੜ ਲੈਂਦਾ ਤਾਂ ਤੇਰੀ ਨਜ਼ਰ ਹੀ। ਠੀਕ ਹੈ ਨਾ, ਮੈਂ ਵੀਡੀਓ 'ਚ ਬਾਰ ਬਾਰ ਕਹਿੰਦਾ ਕਿ ਜਿਹੜਾ ਉਹਦੇ ਬੰਦੇ ਦੇ ਨਾਲ ਜ਼ਿਆਦਤੀ ਕਰਦਾ ਨਾ ਤੇ ਅੱਲਾ ਉਹਨੂੰ ਬਰਦਾਸ਼ਤ ਨਹੀਂ ਕਰਦਾ। ਕਿ ਅੱਲਾ ਪਤਾ ਨਾ ਮਾਂ ਨਾਲੋਂ 70 ਗੁਣਾ ਤੇ ਮਾਂ ਕਿੰਨਾ ਪਿਆਰ ਕਰਦੀ। ਰਾਤ ਇਹਦੀ ਹੈ ਜਿਹੜੀ ਤੂੰ ਮੁਬਾਰਕ ਦੀ ਗੱਲ ਕਰਨ ਲੱਗੇ ਹੋ, ਮੈਂ ਖੁੱਲ੍ਹਾ ਡੁੱਲਾ ਬੰਦਾ, ਮੈਂ ਇਹਨੂੰ ਮੈਂ ਇਹਦੀ ਮਾਂ ਦੇ ਸਾਹਮਣੇ ਇੰਨਾ ਹੀ ਕਹਿ ਬੈਠਾ ਕਿ ਜਿਹੜੀ ਮੈਂ ਧੀਏ ਦਾ ਤਾਂ ਵੇਖ ਕੇ ਆਇਆ, ਮੈਨੂੰ ਇਹਦੇ ਨਾਲੋਂ ਸੋਹਣੀ ਲੱਗੀ ਹੈ। ਇਹਦੀ ਮਾਂ ਨੇ ਆਖਿਆ ਨਾ ਨਾ ਨਾ, ਇਹ ਸੋਹਣਾ। ਬਿਲਕੁਲ, ਮਾਂ ਕਿੰਨਾ ਪਿਆਰ ਕਰਦੀ ਆਪਣੇ ਬੱਚੇ ਨਾਲ। ਜੀ ਜੀ, ਇੱਧਰ ਰੱਖੋ, ਉੱਧਰ ਪੁੱਤਰ ਰੱਖ ਤੇ ਚਲੋ ਚਾਹ ਤੁਹਾਡੀ ਆ ਪੀਓ, ਚਾਹ ਲਓ, ਤੁਸੀਂ ਗੱਲ ਕਰੋ ਉੱਧਰ, ਆਪਾਂ ਨੇ ਵੀ ਲੈ ਕੇ ਆਓ। ਅੱਛਾ, ਉਹ ਸਾਹਿਬ ਜੀ ਕਿ ਮਾਂ ਕਿੰਨਾ, ਤੇ ਮੈਂ ਚੁੱਕ ਕੇ ਤੁਹਾਨੂੰ ਵੀ ਕਹਾਂ, ਉਹ ਇੰਜ ਮੈਂ ਤੇ ਇੰਜ ਤੇ ਇੰਜ, ਤੇ ਅੱਲਾ ਤਾਲਾ ਮੈਨੂੰ ਬਰਦਾਸ਼ਤ ਨਹੀਂ ਕਰੇਗਾ, ਕਹੇਗਾ ਤੂੰ ਮੱਝਾਂ ਨਾਲ ਕਿੱਥੋਂ ਬਣਨਾ ਪਿਆ, ਚੱਲ ਕਿਤੇ ਜਾ ਕੇ ਗੰਨ ਫੜ ਤੇ ਰੈਫਲ ਫੜ। ਤੇ ਇਹ ਮੈਂ ਜਿਹੜੇ ਮੇਰੇ ਭਰਾ
ਉਹ ਕੀ ਮਿਸਾਲ ਦਿੰਦਾ ਸੀ ਰਲੀਆਂ ਮੈਂ ਲੇਟ ਵਾ ਮੇਰੀਆਂ ਪਿੱਟਣੀਆਂ ਵੇਖ ਉੱਠ ਕੇ ਤੂੰ ਮੈਨੂੰ ਮਸ਼ਵਰੇ ਦੇਣੇ ਸ਼ੁਰੂ ਕਰ ਦਵੇ ਮੇਰਾ ਪੁੱਤਰ ਦੇਣੇ ਸ਼ੁਰੂ ਕਰ ਦੇ ਹੈਂ ਅਜੇ ਮੈਨੂੰ ਆਇਆ ਜੁਮਾ ਅੱਠ ਦਿਨ ਨਾ ਹੋਏ ਹੁਣ ਅਤੇ ਆ ਕੇ ਮਤਲਬ ਕੋਈ ਵੀ ਮਿਸਾਲ ਦਿੰਦਾ ਕਿ ਉਹ ਆ ਕੇ ਦੇ ਵੱਡਿਆਂ ਨੂੰ ਮਸ਼ਵਰੇ ਦੇਣਾ ਸ਼ੁਰੂ ਕਰ ਦੇ ਭਾਈ ਅੱਜ ਕਰੋ ਓਏ ਓਏ ਇੱਥੇ ਲਾਈਓ ਓਏ ਉਹਨੂੰ ਇੰਡੀਆ 'ਚ ਲਾਈਓ ਓਏ ਓਏ ਉਹਨੂੰ ਮੈਂ ਨਾ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਆਪਣੇ ਪਿਓਾਂ ਨੂੰ ਮਸ਼ਵਰੇ ਦੇ ਰਿਹਾ ਉਹ ਕਿੱਡਾ ਕੁ ਕਾਬਲ ਆਦਮੀ ਹੋਏਗਾ ਅਤੇ ਜਿਹੜਾ ਆਪਣੇ ਬਾਪ ਨੂੰ ਮਸ਼ਵਰਾ ਦਿਆ ਮੇਰਾ ਪੁੱਤਰ ਮੈਨੂੰ ਸਮਝਾਉਣਾ ਸ਼ੁਰੂ ਕਰ ਦੇ ਭਾਈ ਅੱਬਾ ਇੰਜ ਕਰ ਇੰਜ ਕਰ ਦੇਖਣ ਵਾਲੇ ਕਹਿਣਾ ਬੇਕੂਫ ਤਰੀਨ ਆਦਮੀ ਕਿ ਆਪਣੇ ਬਾਪ ਨੂੰ ਸਮਝਾ ਰਿਹਾ ਬਾਪ ਨੂੰ ਸਮਝਾਉਣ ਵਾਸਤੇ ਉਹਦਾ ਬਾਪ ਕਬਰਾਂ 'ਚ ਉੱਠ ਕੇ ਆਏ ਫਿਰ ਸਮਝਾਏ ਉਹਨੂੰ ਕਿ ਮੇਰਾ ਪੁੱਤਰ ਇੰਜ ਨਾ ਅਤੇ ਇੰਜ ਕਰ ਮੈਂ ਚਿੱਟੀ ਦਾੜੀ ਦਾ ਜ਼ਿੰਦਗੀ ਸਾਰੀ ਇਤਰਾਮ ਕੀਤਾ ਜ਼ਿੰਦਾਬਾਦ ਲੇਕਿਨ ਮੈਂ ਰੱਬ ਕੋਲੋਂ ਇੱਧਰ ਵੇਖੋ ਮੈਂ ਰੱਬ ਕੋਲੋਂ ਜਿਹੜੀ ਸ਼ੈ ਮੰਗੀ ਹੈ ਰੱਬ ਥੋੜ੍ਹੀ ਜਿਹੀ ਇੰਤਜ਼ਾਰ ਕਰਾਇਆ ਮੈਨੂੰ ਦਿੱਤੀ ਜ਼ਰੂਰ ਹੈ ਮਾਸ਼ਾਅੱਲਾ ਮੈਂ ਰੱਬ ਕੋ ਧੀ ਮੰਗਦਾ ਸਾਂ ਕਿ ਯਾ ਮਾਲਕਾ ਜੀਂਦੀ ਮੈਂ ਆਹਨਾ ਮੈਨੂੰ ਰੱਬੀ ਮਾਲਕਾ ਦੇ ਮੈਂ 2 ਸਾਲ ਦਲੀਲ ਹੋਇਆ ਯਕੀਨ ਕਰੋ ਕਿ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਜਿਹੜਾ ਇਹ ਜਦੋਂ ਬੱਸੋਂ ਲੈਂਦਾ ਹੁੰਦਾ ਸੀ ਨਾ ਤਾਂ ਮੈਨੂੰ ਬੜਾ ਪਿਆਰਾ ਲੱਗਦਾ ਸੀ ਅਤੇ ਮੈਂ ਇਹਦੀ ਮਾਨ ਪੈਂਦਾ ਹਾਂ ਕਿ ਮੈਨੂੰ ਧੀ ਵੀ ਉਂਝੀ ਪਿਆਰੀ ਲੱਗੀ ਜਿੰਝ ਇਹ ਛੋਟਾ ਹੁੰਦਾ ਬੱਸ ਤੋਂ ਲੈਂਦਾ ਸੀ ਤਾਂ ਬੜਾ ਉਹਨਾਂ ਨੇ ਨੱਸ ਕੇ ਅਤੇ ਪਿਆਰਾ ਲੱਗਣਾ ਆਉਂਦੀ ਹੁਣ ਨਹੀਂ ਲੱਗਦਾ ਮੈਂ ਕਿਹਾ ਮੈਨੂੰ ਇਹਦੇ ਨਾਲੋਂ ਮੈਨੂੰ ਧੀ ਜ਼ਿਆਦਾ ਪਿਆਰੀ ਰੱਬ ਕੋ ਮੈਂ ਜਿਹੜੀ ਸ਼ੈ ਮੰਗਾਂ ਮੈਨੂੰ ਰੱਬ ਦਿੰਦਾ ਉੱਠ ਕੇ ਮੈਂ ਇਸ ਬਾਬੇ ਨੂੰ ਕਹਾਂ ਉਹ ਬਾਬਾ ਤੈਨੂੰ ਕੋਈ ਪਤਾ ਹੀ ਨਹੀਂ ਹੈ ਮੈਂ ਸਭ ਕੁਝ ਜਾਣਨਾ ਹੋ ਆਇਆ ਵੀ ਮੈਨੂੰ 2 ਦਿਨ ਹੁਣ ਪਤਾ ਮੈਨੂੰ ਮੱਝਾਂ ਦਾ ਨਾ ਹੋਏ ਪਤਾ ਮੈਨੂੰ ਮੱਝਾਂ ਦਾ ਵੀ ਨਾ ਹੋਏ ਕਿ ਮੂੰਹ ਵਿਖਾਣ ਲੱਗਿਆ ਮੈਂ ਕਹਾਂ ਕਿ ਮੈਨੂੰ ਨਹੀਂ ਪਤਾ ਛਿੱਗੀ ਹੈ ਕਿ ਚੌਗੀ ਹੈ ਕਿ ਭੱਜੀ ਹੈ ਜਿਹਨੂੰ ਛਿੱਗੀ ਦਾ ਨਾ ਪਤਾ ਹੋਏ ਉਹ ਪਿਓ ਨੂੰ ਸਮਝਾਏ ਉਹ ਯਾਰ ਇਹ ਡੋਗਰ ਨੇ ਇਹ ਵੀਡੀਓ ਬਣਾਉਂਦੇ ਨੇ ਮੈਂ ਪਹਿਲੇ ਦਿਨ ਕਿਹਾ ਸੀ ਮੈਂ ਤੁਹਾਨੂੰ ਕਿਹਾ ਤੁਸੀਂ ਹੱਸੇ ਹੋ ਉਹਨਾਂ ਕੋਲੋਂ ਮੈਂ ਵੀਡੀਓ ਉਹਨਾਂ ਨੂੰ ਬਣਾਉਂਦਿਆਂ ਉਹਨਾਂ ਨੂੰ ਗਾਵਾਂ ਵੀ ਮਾਸ਼ਾਅੱਲਾ ਚੰਗੀਆਂ ਗਾਵਾਂ ਉਚਾੜ ਦੇਣ ਮੈਂ ਆਖਾਂ ਨਹੀਂ ਜਿਹਨੂੰ ਚੰਗਾ ਕਹਿ ਲਓ ਨਾ ਉਹਨੂੰ ਭੈੜਾ ਕਹਿਣਾ ਬਹੁਤ ਮੁਸ਼ਕਲ ਹੈ ਇੱਕ ਵਾਰੀ ਲੋਕਾਂ ਦੀ ਇਹੋ ਜ਼ਬਾਨ ਹੈ ਪ੍ਰਾਹੁਣਿਆਂ ਇਸੇ ਜ਼ਬਾਨ ਨਾਲ ਚੰਗਾ ਕਹਿਣਗੇ ਅਤੇ ਇਸੇ ਨਾਲ ਹੀ ਉਹਨੂੰ ਭੈੜਾ ਸ਼ੁਰੂ ਕਰਨਾ ਸ਼ੁਰੂ ਕਰ ਦੇਣਗੇ ਉਹ ਇਨਸਾਨ ਨਹੀਂ ਹੁੰਦੇ ਉਹ ਜਾਨਵਰ ਨੂੰ ਪੱਤਰ ਜਾਨਵਰ ਵੀ 4 ਬੰਨ ਲਓ ਨਾ ਖੁਰਲੀ 'ਤੇ ਇੱਕ ਜਾਨਵਰ ਖੋਲ੍ਹ ਲਵੋ ਅਤੇ ਦੂਜੇ ਉਹਦੇ ਪਿੱਛੇ ਰੱਸਾ ਤੋੜ ਕੇ ਨੱਸਣਗੇ ਦੇਖੋ ਤੁਹਾਨੂੰ ਮੇਰੇ ਕੋਲ ਗਾਈਂ ਖੜੀ ਹਾਂਜੀ ਆਉਂਦਿਆਂ ਕੀ ਕਿਹਾ ਜੇ ਤੁਸੀਂ ਹਾਜੀ ਸਾਹਿਬ ਤੁਸੀਂ ਮੈਂ ਜੀ 2 ਅੱਜ ਮਾਸ਼ਾਅੱਲਾ ਕੀਤੇ ਆ ਜੀ ਜੀ ਕਰਿਓ ਤਾਂ ਕੈਮਰਾ ਜੀ ਸਾਹਿਬ ਜੀ 2 ਇੱਕ ਵਾਰੀ ਅੱਜ ਕੀਤੇ ਆ ਜੀ ਜੀ ਤੇ ਬਾਜੀ ਵੀ ਨਾਲ ਆਈ ਹੈ ਬਾਜੀ ਨੇ ਤੇ ਆਉਂਦਿਆਂ ਕੀ ਕਿਹਾ ਮੈਨੂੰ ਤਾਂ ਆਉਂਦਿਆਂ ਮੈਂ ਕਿਹਾ ਜੀ ਤੁਹਾਡੇ ਟਾਰਗੇਟ ਤੋਂ ਜ਼ਿਆਦਾ ਸਾਨੂੰ ਗਾਈ ਨਾ ਜਿਹੜਾ ਨਾ ਨਹਿਰ ਵਾਂਗਰ ਦੁੱਧ ਮੈਂ 20 ਕਿਲੋ ਦੁੱਧ ਕਿਹਾ ਸੀ ਮੈਂ ਤੁਹਾਨੂੰ 20 ਕਿਹਾ ਉਹਨੇ ਸਾਨੂੰ 22 ਕਿਲੋ ਦਿੱਤਾ ਮੈਨੂੰ ਬਾਜੀ ਨੇ ਕਿਹਾ 22-23 ਕਿਲੋ ਦੁੱਧ ਹੀ ਝੋਲੇ ਬਾਜੀ ਝੋਲਦੀ ਹੈ ਇਹਨਾਂ ਦੀ ਘਰ ਆਈ ਜੀ ਉਹਨੇ ਮੈਨੂੰ ਭਰਾ ਆਖਿਆ ਉਹਨਾਂ ਕਿਹਾ ਜੀ 22 ਕਿਲੋ ਦੁੱਧ ਤੇ ਜੇ ਮੈਂ ਇਹਨਾਂ ਨਾਲ ਫਰਾਡ ਹੀ ਕਰਾਂ ਤੇ ਉੱਠ ਕੇ ਮੇਰਾ ਪੁੱਤਰ ਮੈਨੂੰ ਸਮਝਾਉਣ ਲੱਗ ਪਏ ਅੱਬਾ ਇਹ ਕੀ ਕਰ ਰਿਹਾ ਪਿਆ ਪੁੱਤਰ ਨੂੰ ਪੁੱਤਰ ਰਹਿਣਾ ਚਾਹੀਦਾ ਉਹਨੂੰ ਬਾਪ ਨਹੀਂ ਬਣਨਾ ਚਾਹੀਦਾ ਮੈਂ ਇਹ ਗੱਲ ਇੱਕ ਜਾਣਨਾ ਇਹਨਾਂ ਕਿਹਾ ਜੀ ਹੁਣ ਇਹਨਾਂ ਨੇ ਕਿਹਾ ਜੀ ਇਹਨਾਂ ਦੀ ਰਿਸ਼ਤੇਦਾਰੀ ਵੀ ਇਹਨਾਂ ਦੇ ਨਾਲ ਮੈਨੂੰ ਬਾਜੀ ਨੇ ਕਿਹਾ ਇਹਨੂੰ ਜਿਹੜਾ ਨਾ ਸਪੈਸ਼ਲ ਲੈ ਕੇ ਆਇਆ ਕਿ ਇਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਕਿ ਅੱਜ ਸਾਹਿਬ ਜਿੱਥੋਂ ਤੁਸੀਂ ਗਾਈ ਲਈ ਹੈ ਸਾਨੂੰ ਉੱਥੇ ਗਾਈ ਲੈ ਕੇ ਮੈਂ ਫੋਨ ਕੀਤਾ ਭਾਈ ਬਲਾਲ ਨੂੰ ਮੈਂ ਕਿਹਾ ਸਾਨੂੰ ਗਾੜੀ ਚਾਹੀਦੀ ਕਹਿਣਾ ਉਂਝੇ ਦੀ ਲੱਭੇ ਦੀ ਤੁਸੀਂ ਇੱਕ ਵਾਰੀ ਆਓ ਮੈਂ ਉਹਨੂੰ ਕਿਹਾ ਸਿਆਲਕੋਟੋਂ ਆਇਆ ਪਿੰਡ ਸਾਡਾ ਕਰੋਟਾ ਸੇ ਮਾਸ਼ਾਅੱਲਾ ਆਖਰ ਫਰਾਜ਼ ਸਾਹਿਬ ਜੀ ਮੈਂ ਸਪੈਸ਼ਲ ਵੈੜੀ ਲੈਣ ਵਾਸਤੇ ਇਹਨਾਂ ਨੇ ਸਾਨੂੰ 18-20 ਕਿਲੋ ਦੁੱਧ ਦਾ ਚੈਲੰਜ ਕੀਤਾ ਸੀ ਕਿ ਇਹਨਾਂ ਵੈੜੀ ਦੁੱਧ ਦੇ ਅਤੇ ਮੈਂ ਨਹੀਂ ਸਾ ਮੰਨਦਾ ਕਿਉਂਕਿ ਮੇਰਾ ਇੰਨਾ ਕੋਈ ਤਜਰਬਾ ਨਹੀਂ ਸੀ ਕਿ ਇਹ ਮਤਲਬ ਹੈ 20 ਕਿਲੋ ਦੁੱਧ ਦੇ ਦੀ ਗਾਈ ਨੂੰ 20 ਕਿਲੋ ਦੁੱਧ ਦੇ ਦੀ ਗਾਈ ਨੇ 22 ਕਿਲੋ ਦੁੱਧ ਦਿੱਤਾ ਮੇਰੀ ਘਰ ਦੀ ਚਾਹੁੰਦੀ ਹੈ ਜਦੋਂ ਮੇਰੇ ਨਾਲ ਉਹ ਆਏ ਲੈਣ ਵਾਸਤੇ
ਤੇ ਉਹਨੇ ਇਹਨਾਂ ਦੇ ਟਾਰਗੇਟ ਜ਼ਿਆਦਾ ਸਾਨੂੰ ਅੱਜ ਵੀ ਨਾਲ ਆਏ ਰਿਸ਼ਤੇਦਾਰ ਨੇ ਬੜੇ ਕੋਈ ਨਜ਼ਦੀਕੋਂ ਇਹਨਾਂ ਕਹਿੰਦੇ ਨਾਲ ਲੈ ਕੇ ਮੈਂ ਬਾਜੀ ਜੇ ਨਾਲ ਲੈ ਗਏ ਤੇ ਗਾਂ ਮੇਰੀ ਵਹਿੜੀ ਚੋਣੀ ਵੀ ਨਹੀਂ ਇਹ ਸੂਆ ਚੁੰਘ ਲਓ ਅਗਲੇ ਸੂਬੇ ਜਿੰਨੇ ਦੀ ਖੜੋਗੇ ਉਹਨੇ ਦੀ ਵੱਛੀ ਤੇ ਉਹ ਨਾ ਹੋਏਗੀ ਤਾਂ ਕਿ ਦੇਖੋ ਮੈਂ ਪਿੱਛੇ ਦੀ ਕਿਹਾ ਡੋਗਰਾਂ ਨੇ ਕਿਹਾ ਮੈਂ ਉਹਨਾਂ ਨੂੰ ਵੇਖ ਕੇ ਅਤੇ ਮੈਨੂੰ ਸ਼ੌਕ ਪੈਦਾ ਹੋਇਆ ਮਾਸ਼ਾਅੱਲਾ ਉਹ ਚੰਗੀਆਂ ਗਾਵਾਂ ਚਾੜਦੇ ਨੇ ਮੈਂ ਔਰ ਕਹਾਂ ਜਿਹਨੂੰ ਚੰਗਾ ਕਹੋ ਉਹਨੂੰ ਭੈੜਾ ਬਹੁਤ ਔਖਾ ਕਹਿਣਾ ਵੇ ਉਹਨਾਂ ਦੀ ਕਈਆਂ ਲੋਕਾਂ ਦੀ ਜ਼ਬਾਨ ਹੁੰਦੀ ਹੈ ਇੱਕ ਵਾਰੀ ਕਹਿੰਦੇ ਨੇ ਚਲੋ ਵੇਖ ਕੇ ਤੁਹਾਨੂੰ ਸ਼ੌਕ ਪਏ ਨੇ ਦੂਜੀ ਵਾਰੀ ਬੰਦਾ ਉਹਨੂੰ ਸਮਝਾਉਣਾ ਸ਼ੁਰੂ ਕਰਦੇ ਹੋਵੇ ਵੀ ਪਿਓ ਅਤੇ ਉਹਨੂੰ ਸਮਝਾਉਣਾ ਸ਼ੁਰੂ ਕਰ ਦੇਵੇ ਅਤੇ ਇਹ ਫਰਾਜ਼ ਸਾਹਿਬ ਗੱਲ ਕੋਈ ਮੋਹਜ਼ ਆਈ ਜਾਂ ਕਿਆਮਤ ਹੀ ਹੈ ਮੈਨੂੰ ਤਾਂ ਕਿਆਮਤ ਲੱਗੀ ਹੈ ਉਹਨੂੰ ਸਮਝਾਉਣਾ ਸ਼ੁਰੂ ਕਰ ਉਹਨੂੰ ਸਮਝਾਉਣਾ ਸ਼ੁਰੂ ਕਰ ਲਏ ਕਿ ਇੰਝ ਕਰ ਤੂੰ ਇੰਝ ਕਰ ਉਹ ਭਰਾਵਾਂ ਦੇ ਨਾਲ ਇੰਝ ਕਰ ਹੋਏ ਧਾਵਨ ਕਰ ਹੋਏ ਭਰਾਵਾਂ ਦੁੱਧ ਬਹੁਤਾ ਦੱਸ ਮੈਨੂੰ ਇਹ ਨਹੀਂ ਸਮਝ ਆਉਂਦੀ ਆ ਪਿਛਲੀ ਵੀਡੀਓ 'ਚ ਕੋਈ ਬੰਦੇ ਨੇ ਨਾ ਥੱਲੇ ਲਿਖ ਕੇ ਨਾ ਲਿਖਿਆ ਮੈਂ ਐਡਾ ਸੈਂਸਫੁੱਲ ਮੈਂ ਬੰਦਾ ਜਾਂਦਾ ਰਹਾ ਤਾਂ ਅੱਛਾ ਮੈਂ ਪੁੱਤਰ ਨੂੰ ਦੋ ਵਾਰੀ ਪੁੱਛਿਆ ਕਿਹੜਾ ਬੰਦਾ ਥੱਲੇ ਲਿਖਦਾ ਸਾਨੂੰ 1.5 ਸਾਲ ਹੋ ਗਿਆ ਵੀਡੀਓ ਬਣਾਉਂਦੇ ਅੱਜ ਤਾਂ ਨਹੀਂ ਸਾਡਾ ਇੰਜ ਨਹੀਂ ਲਿਖਿਆ ਥੱਲੇ ਲਿਖ ਕੇ ਅਤੇ ਨਾਲ ਹੀ ਜ਼ਬਾਨ ਬੋਲਣੀ ਸ਼ੁਰੂ ਕਰ ਦੇਵੇ ਕਿ ਜੀ ਉਹ ਇੰਜ ਅਤੇ ਇੰਜ ਮੈਂ ਕੱਲ੍ਹ ਦਾ ਪੁੱਛਦਾ ਮੈਨੂੰ ਬੰਦੇ ਦਾ ਨਹੀਂ ਸਮਝ ਆ ਰਹੀ ਨਾਲ ਹੀ ਸ਼ੁਰੂ ਕਰ ਦੇਵੇ ਅਤੇ ਉਹ ਮੇਰਾ ਇੱਧਰ ਵੇਖੋ ਇੱਥੇ ਇੱਕ ਚੇਅਰਮੈਨ ਸੀ ਬਹੁਤ ਖਾਨਾ ਜੀ ਦਾ ਹੈ ਨਾਲ ਪਿੰਡ ਉਹ ਮਰ ਗਿਆ ਅਤੇ ਇੱਕ ਲੰਬੜਦਾਰ ਹੈ ਪਰਾਂ ਉਹ ਜਦੋਂ ਮਰਿਆ ਅਤੇ ਉਹਦੀ ਕਬਰ 'ਤੇ ਲੇਟੇ ਅਤੇ ਉੱਚੀ ਉੱਚੀ ਰੋਏ ਉੱਚੀ ਉੱਚੀ ਫਰਾਜ਼ ਸਾਹਿਬ ਰੋਏ ਉਹ ਮੈਂ ਆ ਤੂੰ ਆ ਲੰਬੜਾ ਤੇਰਾ ਦੁਸ਼ਮਣ ਮਰ ਗਿਆ ਤੂੰ ਇੰਨਾ ਰੋਨਾ ਉਹਨੇ ਆਖਿਆ ਆਹੋ ਠੀਕ ਫਿਰ ਉਹਦੀ ਜਾਨ ਨਾ ਛੱਡਣ ਅਤੇ ਉਹਨੇ ਆਖਿਆ ਉਹ ਬੰਦੇ ਖੁਦਾ ਦਿਓ ਹੁਣ ਮੇਰੇ ਜੋੜ ਦਾ ਬੰਦਾ ਕੋ ਨਹੀਂ ਇਸ ਪਿੰਡ 'ਚ ਰਿਹਾ ਬਾਬਾ ਸ਼ਾਇਦ ਤੂੰ ਵੀ ਕਿਤੇ ਸੁਣੀ ਹੋਏਗਾ ਬੜੀ ਗੱਲ ਉਹਨੇ ਆਖਿਆ ਮੇਰੇ ਜੋੜ ਦਾ ਬੰਦਾ ਕੋ ਨਹੀਂ ਹੁਣ ਮੈਂ ਲੜਾਂ ਕਰਾਂਗਾ ਕਿਹਦੇ ਨਾਲ ਉੱਠ ਕੇ ਮੈਂ ਇਹਦੇ ਜਾਣਿਆ ਨਾ ਲੜਾਂ ਕਿਉਂ ਆ ਕੇ ਦੋਲਾ ਤੂੰ ਬੰਦਾ ਮੈਂ ਉੱਠ ਕੇ ਆ ਬੱਚਿਆਂ ਨੂੰ ਆਖਣਾ ਸ਼ੁਰੂ ਕਰਦਿਆਂ ਉਹ ਤੂੰ ਇੰਜ ਕਰ ਤੂੰ ਇੰਜ ਨਾ ਕਰ ਮੈਂ ਨਾ ਕੋਈ ਦੁਨੀਆ ਤੋਂ ਪਤਾ ਨਹੀਂ ਹੋ ਕਿ ਕਿਆਮਤ ਹੀ ਕੋਈ ਆ ਗਈ ਹੈ ਘਬਰਾਜ ਸਾਹਿਬ ਹੁਣ ਤੂੰ ਮੈਨੂੰ ਮੇਰਾ ਪੁੱਤਰ ਮੈਨੂੰ ਸਮਝਾਉਣਾ ਸ਼ੁਰੂ ਕਰ ਦੇ ਇੱਕ ਵੀਡੀਓ 'ਚ ਮੇਰਾ ਪੁੱਤਰ ਮੈਨੂੰ ਆਖੇ ਕਿ ਮੈਨੂੰ ਨਾ ਮੇਰਾ ਬੜਾ ਸੂਬੇਦਾਰ ਚੰਗਾ ਹੈ ਚਲੋ ਵੇਖ ਕੇ ਮੈਨੂੰ ਸ਼ੌਕ ਪਿਆ ਬੁਲਾ ਲਓ ਪਿਆ ਦੂਜੀ ਵੀਡੀਓ 'ਚ ਆਖਣ ਲੱਗ ਪਵੇ ਥੱਲੇ ਕਮੈਂਟ ਵੀ ਕਰਕੇ ਆਪੇ ਹੀ ਲਿਖ ਕੇ ਥੱਲੇ ਉਹ ਇੰਗਲਿਸ਼ 'ਚ ਉਹ ਕੋਈ ਗੱਲ ਗਲਤ ਮਲਤ ਅਤੇ ਦੂਜੀ ਵੀਡੀਓ 'ਚ ਆ ਕੇ ਆਖਣ ਲੱਗ ਪਏ ਉਹ ਦੁੱਧ ਇੰਜ ਅਤੇ ਇੰਜ ਮੈਂ ਭਰਾਵਾਂ ਨੂੰ ਸਮਝਾਉਂਦਾ ਨਾਲ ਆ ਕੇ ਮੈਂ ਪੂਛਲ ਵੀ ਨਹੀਂ ਮਰੋੜਦਾ ਅਤੇ ਨਾਲ ਮੈਂ ਪੂਛਲਾਂ ਨਹੀਂ ਫੜਨੀਆਂ ਮਰੋੜ ਅਤੇ ਅਗਲੀ ਪੂਛਲ ਮਰੋੜ ਕੇ ਵਿਖਾਣ ਵੀ ਲੱਗ ਪਏ ਮੈਂ ਧਿਆਨ ਨਾ ਕੋਈ ਦੁਨੀਆ ਪਤਾ ਨਹੀਂ ਕਿੱਥੇ ਪਹੁੰਚ ਗਈ ਹੈ ਅਤੇ ਕੀ ਕਰਨਾ ਇਸ ਵਾਰ ਸਾਹਿਬ ਜੀ ਹੈ ਜਿਹਨੂੰ ਚੰਗਾ ਕਹਿ ਲਓ ਬੰਦਾ ਕਸਮਾਂ ਚੁੱਕੇਗਾ ਨਾ ਬੰਦਾ ਉਹ ਝੂਠ ਹੁੰਦਾ ਹੋਵੇ ਕਸਮਾਂ ਚੁੱਕਣ ਦੇ ਨਾਲ ਬੰਦਾ ਕੋਈ ਸੱਚ ਨਹੀਂ ਹੋ ਜਾਂਦਾ ਅਸੀਂ ਇਸ ਚੀਜ਼ ਦਾ ਦਾਵਾ ਕਰਨੇ ਹਾਂ ਅਤੇ ਹੋਰ ਕਰਦੇ ਰਹਾਂਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਕਿ ਜਿਸ ਤਰ੍ਹਾਂ ਸਾਨੂੰ ਸੂਬੇਦਾਰ ਨੇ ਕਿਹਾ ਨਾ ਉਹਦੇ ਤੋਂ ਵੱਧ ਜਿਹੜਾ ਨਾ ਸਾਨੂੰ ਅਸੀਂ ਇਹ ਉਤਰੇ ਨੇ ਦੋਵਾਂ ਖਵਾਜ ਕਰਕੇ ਆਏ ਨੇ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਦੱਸੀ ਕਰੋ ਅਸੀਂ ਫਿਰ ਦੁਬਾਰਾ ਜਿਹੜਾ ਨਾ ਉਹ ਹਾਜ਼ਰ ਹੋਏ ਹਾਂ ਸਿਰਫ ਇਸ ਵਜ੍ਹਾ ਤੋਂ ਅਸੀਂ ਅੱਲਾ ਦੇ ਹੁਕਮ ਦੇ ਨਾਲ ਸਾਨੂੰ ਭਰਾ ਨੂੰ ਚਾਚੇ ਤਾਏ ਨੂੰ ਜਿਹਨੂੰ ਕਿਸੇ ਜ਼ਰੂਰਤ ਪਏ ਦੀ ਜਾਨਵਰ ਫਰਾਜ਼ ਸਾਹਿਬ ਇੱਧਰ ਵੇਖੋ ਸੁਣੋ ਫਰਾਜ਼ ਸਾਹਿਬ ਮੈਂ ਜਿੰਨੀ ਵੀਡੀਓ ਬਣਾ ਕਿਸੇ ਬੰਦੇ ਦੇ ਵੇਖੋ ਮੈਂ ਡੋਗਰਾਂ ਨੂੰ ਚੰਗਾ ਕਰਨਾ ਕਦੀ ਮੈਨੂੰ ਉਹ ਗਾਲਾਂ ਵੀ ਕੱਢਾਂਗੇ ਮੇਰੀ ਜ਼ਬਾਨ 'ਚੋਂ ਜਿੱਦਾਂ ਭੈੜਾ ਨਿਕਲੇਗਾ ਨਾ ਆਖਰ ਜਾ ਬੰਦਾ ਤੂੰ ਨਹੀਂ ਕਿਉਂ ਚੰਗਾ ਕਹਿੰਦਾ ਕਿ ਅੱਜ ਅਗਰ ਮੈਂ ਇਸ ਰੂਜ ਦੇ ਹਾਂ ਤਾਂ ਇੱਥੇ ਹਾਂ ਤਾਂ ਮੈਂ ਉਹਨਾਂ ਦੀ ਵਜ੍ਹਾ ਉਹਨਾਂ ਬਣਾਈ ਉੱਥੋਂ ਸ਼ੌਕ ਪਿਆ ਅਤੇ ਅੱਲਾ ਨੇ ਹੋਰ ਮੈਨੂੰ ਵੀ ਪਾਇਆ ਅੱਜ ਮੇਰੀ ਵੀ ਇੱਜ਼ਤ ਹੈ ਮੇਰੇ ਪੁੱਤਰ ਦੀ ਵੀ ਇੱਜ਼ਤ ਹੈ ਅਤੇ ਇਸ ਵਾਸਤੇ ਕਰਕੇ ਜਿਹੜੇ ਭਰਾ ਨਾ ਇਹ ਚਿੱਟੀਆਂ ਦਾੜੀਆਂ ਨੂੰ ਸਮਝਾਉਂਦੇ ਨੇ ਉਹਨਾਂ ਅੱਗੇ ਭਰਾ ਨਹੀਂ ਪੁੱਤਰ ਮੈਂ ਆਸਮ ਨੂੰ ਕਿਹਾ ਆਸਮ ਡੋਗਰ
ਉਹਨੇ ਕਿਹਾ ਮੇਰੀ ਗੱਲ ਸੁਣ ਲਓ, ਮੈਨੂੰ ਨਾਂ ਨਹੀਂ ਮੇਰਾ ਪੁਕਾਰਨਾ, ਮੈਨੂੰ ਪੁੱਤਰ ਕਹਿ ਕੇ ਪੁਕਾਰਨਾ ਜਿਹੜੇ ਨਸਲੀ ਬੰਦੇ ਹੁੰਦੇ ਨੇ। ਮੈਨੂੰ ਆਸਮ ਟੋਗਰ ਨਹੀਂ ਆਖਣਾ, ਅੱਬਲ ਤਾਂ ਮੈਨੂੰ ਬੁਲਾਉਣਾ ਹੀ ਨਹੀਂ ਜੀ, ਜੇ ਬੁਲਾਉਣਾ ਤਾਂ ਮੈਨੂੰ ਆਸਮ ਪੁੱਤਰ ਕਹਿ ਕਹਿਣਾ। ਹੋ ਕੇ ਕੋਈ ਮੇਰਾ ਪੁੱਤਰ ਤੇ ਮੈਨੂੰ ਆਖੀ ਇਹ ਸ਼ੁਰੂ ਕਰ ਦੇ। ਕਾਲੀ ਬਰਾਦ ਭਾਈ ਇੱਕ ਵੀਡੀਓ ਲੱਗੀ, ਉਸ ਵਜ੍ਹਾ ਜ਼ਰਾ ਦੱਸਿਆ ਉਸ ਬੰਦੇ ਨੂੰ, ਕਹਿੰਦਾ ਜੁਮਾ ਜੀ ਮਾਰਦੇ ਨਾ ਹੋਏ ਤੇ ਹੁਣ ਤੂੰ ਵਡੇਰਿਆਂ ਨੂੰ ਸਮਝਾਏਗਾ। ਤੇ ਪਿਓਵਾਂ ਨੂੰ ਨਹੀਂ ਸਮਝਾਈਦਾ ਪਿਓ, ਅਸੀਂ ਤਾਂ ਇੱਥੇ ਇੱਕ ਪਿੰਡ ਨਾ ਉਦੋਂ ਟੇਪ ਹੋਵੇ ਇੱਧਰ ਤੇ ਵੇਖੋ ਉਹ ਟੇਪ ਹੋਵੇ ਬਟਨਾਂ ਵਾਲੀ, ਉਹਦਾ ਪੁੱਤਰ ਵੀ ਸੂਬੇ ਦਾ ਰਿਟਾਇਰ ਹੋਵੇ ਤੇ ਮੈਂ ਵੀ ਬਾਬਾ ਸਾਦਕ ਲੰਬੜ, ਉਹ ਮੁੰਡਾ ਨਾ ਗਾਣਾ ਪਿਛਾਂ ਕਰੇ ਤੇ ਲਾਏ, ਪਿਛਾਂ ਕਰੇ ਤੇ ਲਾਏ, ਮੈਨੂੰ ਅਜੇ ਤਾਂ ਗੱਲ ਯਾਦ ਹੈ। ਉਹ ਆਖਦਾ ਕੀ ਕਰਦੇ ਹੋ, ਉਹ ਆਖੇ ਕੀ ਕਰਦੇ ਹੋ, ਮੈਂ ਆਖਿਆ ਗਾਣਾ ਸੁਣਨਿਆ, ਉਹਨੇ ਮੈਨੂੰ ਇਹਦਾ ਗੱਲ ਯਾਦ ਹੋ ਰਹੀ ਕਿ ਮੈਂ ਵੀ ਮੁੰਡਾ ਰਿਹਾ ਜੀ, ਇਹ ਸਾਰੇ ਕੰਮ ਮੈਂ ਜਾਣਦਾ ਜੀ। ਕਿਸੇ 'ਤੇ ਗੰਦ ਸੁੱਟ ਕੇ ਬੰਦਾ ਆਖੇ ਨਾ ਮੈਂ ਡੰਗਰ ਵੇਚਣਾ ਤਾਂ ਵੇਖ ਨਹੀਂ ਸਕਦਾ, ਬੱਝਾ ਰਹੇਗਾ ਖਾਂਗੜਾ ਹੋਈਏਗਾ। ਮੈਨੂੰ ਅੱਜ ਤੱਕ ਵੀਡੀਓ 'ਤੇ ਕਿਸੇ 'ਤੇ ਗੰਦ ਸੁੱਟਦੇ ਵੇਖਿਆ ਹੋਏ, ਜਦੋਂ ਮੈਨੂੰ ਕੋਈ ਮਜਬੂਰ ਕਰਦਾ ਨਾ ਕੋਈ ਆਦ ਮੈਨੂੰ ਸਮਝਾਉਣੀਆਂ ਅਤੇ ਇੰਝ ਥੱਲੇ ਲਿਖ ਕੇ ਅਤੇ ਆਪੇ ਹੀ ਬੀਨ ਪੜ੍ਹਨੀ ਸ਼ੁਰੂ ਕਰਦੇ, ਮੇਰਾ ਕੋਈ ਨਾਗ ਲਈਦਾ ਕੋਈ ਜੋੜ ਨਹੀਂ ਮੇਰਾ, ਕੋਈ ਉੱਥੇ ਕੋਈ ਬਣਦਾ ਨਹੀਂ ਗੱਲ ਕਰਨਾ, ਪਰ ਨਾ ਮੈਂ ਡਾਇਰੈਕਟ ਬੰਦੇ ਨਾਲ ਵੀ ਹੋ ਜਾਂਦਾ, ਉਹਨਾਂ ਡਾਇਰੈਕਟ ਵੀ ਹੋਣਾ ਮੈਨੂੰ ਮੇਰੇ ਮਾਲਕ ਨੇ ਹਿੰਮਤ ਜਿਗਰਾ ਵੀ ਦਿੱਤਾ, ਮੈਂ ਡਾਇਰੈਕਟ ਵੀ ਪੁੱਛ ਵੀ ਲੈਂਦਾ। ਲੇਕਿਨ ਮੈਂ ਨਾ ਉਹ ਕੋਈ ਇਸ ਤਰ੍ਹਾਂ ਦਾ ਨਿਜ਼ਾਮ ਹੈ, ਕੋਈ ਹਜ਼ਾਰ ਹੈ ਉਹਨਾਂ ਦੇ ਪਿਛਲਿਆਂ ਦੀ, ਮੈਂ ਨਹੀਂ ਕੋਈ ਗੱਲ ਕਰਨੀ ਚਾਹੁੰਦਾ। ਉਹਨੂੰ ਅੱਲਾ ਰੱਬ ਹਦਾਇਤ ਦੇ ਅਤੇ ਆਪਣੇ ਬਾਪ ਨੂੰ ਇਹ ਨਾ ਸਮਝਾਏ ਕਿ ਇੰਜ ਕਰ ਅਤੇ ਇੰਜ ਨਾ ਕਰ, ਬਸ ਹੈ ਉਹਦੇ ਅੱਗੇ ਉਹਦੀ ਮੇਰੀ ਮਿਹਰਬਾਨੀ, ਉਹਦੀ ਸ਼ੁਕਰੀਆ ਵੀ, ਹਾਂ ਉਹਦੀ ਮੈਂ ਸ਼ੁਕਰੀਆ ਵੀ ਅਦਾ ਕਰਾਂਗਾ ਕਿ ਆਪਣੇ ਬਾਪ ਨੂੰ ਨਾ ਸਮਝਾਉਣਾ ਸ਼ੁਰੂ ਕਰੇ, ਆਪਣੇ ਬੱਚਿਆਂ ਨੂੰ ਸਮਝਾਏ ਕਿ ਪੁੱਤਰ ਇੰਜ ਨਾ ਕਰ। ਵੀਆਂ ਗੱਲਾਂ ਦੀ ਮਾਤ ਹਾਂ ਤੈਨੂੰ ਦਿੱਤੀ ਹੈ। ਜੀ ਜੀ ਚਲੋ ਠੀਕ ਹੈ ਸਾਹਿਬ ਜੀ। ਜੀ ਸੁਣਦਾ ਸਾਹਿਬ ਆਓ ਜੀ, ਜੀ ਭਾਈ ਬਿਲਾਲ ਲੈ ਕੇ ਆਓ ਜੀ, ਤੁਰੋ ਜੀ ਭਾਈ ਬਿਲਾਲ ਸਿੰਧਨ ਕਿਨਵਾ ਸੁਆ ਲੋ ਜੀ ਦੋਸਤਾਂ ਚੈੱਕ ਕਰ ਲਓ ਜੀ, ਨੰਬਰ ਇੱਕ ਤਾਂ ਆ ਗਈ ਸਿੰਧਨ ਨਸਲ ਹੈ, ਸੁਆ ਦੂਸਰਾ ਦੱਸਿਆ ਜੀ, ਲਾਮ ਦੋਸਤਾਂ ਵੇਖ ਲੈਣੀ ਹਾਈਟ ਚੈੱਕ ਕਰਨੀ ਮਾਸ਼ਾਅੱਲਾ ਜੀ, ਥਾਣਵੀਂ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਭਾਈ ਬਿਲਾਲ, ਗੱਬਣ ਇੱਕ ਸੂਈ ਹੈ ਇਕਰਾਲ ਦੇ, ਗੱਬਣ ਦੇ ਹਾਰੇ ਕੋ 5 ਕਿਲੇ ਸਾਹਿਬ ਮਾਸ਼ਾਅੱਲਾ ਮੂੰਡੀਆਂ ਵੇਖੋ ਚੈੱਕ ਕਰ ਲਓ, ਆ ਵੇਖੋ ਇੱਕ ਉਂਗਲੀ ਤੇ ਇੱਕ ਹੀ ਹੈ, ਕੱਲ ਮੱਝਾਂ ਆਂਦੇ ਨੇ, ਕੱਲ ਜਾ ਝੋੜੀ ਆਇਆ ਨੇ ਇੰਗਲੈਂਡ ਤੋਂ 3 ਜਾਨਵਰ ਲੈ ਰਹੇ ਹੋ, ਆਇਆ ਹਫਤਾ ਹੈ ਉਹਨਾਂ ਕਿਹਾ ਸੀ ਅੰਮ੍ਰਿਤ ਦਿੰਦਾ ਸੀ ਹੱਥ ਨਹੀਂ ਹਿਲਦੀ, ਉਹਨਾਂ ਇੱਕ ਉਂਗਲੀ ਤੇ ਮਹੀਂ ਖਲੋ ਰਹੀ, ਉਹਨਾਂ ਕਹਾ ਦਿਨ ਕਿ ਨਿਕਲ ਆ ਰਹੀ ਦਿਨ ਲੈਂਦੀ ਮਾਸ਼ਾਅੱਲਾ ਜੀ, ਸਿੰਧਨ ਨਸਲ ਹੈ, ਹਾਈਟ ਦੋਸਤਾਂ ਵੇਖ ਲੈਣੀ, ਕੱਦ ਚੈੱਕ ਕਰਨਾ ਮਾਸ਼ਾਅੱਲਾ ਜੀ, 5 ਦਿਨ ਲੈਂਦੀ ਹੈ ਬਈ, ਧੁਨੀ ਦਾ ਨਿਸ਼ਾਨ ਹੀ ਹੈ, ਧੁਨੀ ਵੀ ਦੋਸਤਾਂ ਵੇਖ ਲੈਣੀ ਤੇ ਪੁੱਠਾ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ, ਹਾਈਟ ਚੰਗੀ ਐ ਚੈੱਕ ਕਰੋ ਮਾਸ਼ਾਅੱਲਾ ਜੀ, ਤੁਹਾਨੂੰ ਦੋਸਤਾਂ ਫਿਰ ਵੇਖਣੇ ਨੇ ਮੁਕੰਮਲ ਨਜ਼ਾਰਾ ਕਰਨਾ, ਚੀਜ਼ ਅੱਛੀ ਹੈ, ਪਹਿਲਵਾਨ ਚੀਜ਼ ਹੈ ਦੋਸਤਾਂ ਦੇ ਸਾਹਮਣੇ, ਫਿਰ ਮਲਕ ਸਾਹਿਬ ਧੁਨੀ ਚੈੱਕ ਕਰਾਓ ਜੀ, ਐ ਚੈੱਕ ਕਰੋ ਜੀ ਐਵੇਂ ਨਿਸ਼ਾਨ ਤੇ ਥਾਣਵੀ ਦੋਸਤਾਂ ਵੇਖ ਲੈਣੇ ਨੇ, ਠੀਕ ਹੈ ਭਾਈ ਲੈ ਚਲੋ ਜੀ, ਅਸੀਂ ਨਹੀਂ ਬੋਲਣਾ ਕਹੀਂ ਜੂ 'ਚ ਗਏ ਹਾਂ ਜਾਂ ਜੂ ਆਪਣੀ ਨਜ਼ਰ ਆਉਣੀ, ਜੋ ਚੀਜ਼ ਹੈ ਜ਼ਿੰਦਾਬਾਦ, ਬਿਲਕੁਲ ਜੀ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ, ਗੱਬਣ ਦੂਸਰਾ ਸੁਬਾਹ ਨੇ ਸੁਣਿਆ ਸਿੰਧਨ ਨਸਲ 5 ਕੁ ਦਿਨ ਲੈਂਦੀ ਹੈ ਵੀ, ਝੋਟੀ ਨੰਬਰ 1 ਜੀ ਭਾਈ ਬਿਲਾਲ ਆਓ ਸਾਹਮਣੇ, ਝੋਟੀ ਨੰਬਰ 1 ਦਾ ਰੇਟ ਲਾਓ ਜੀ, ਤੁਸੀਂ ਜੱਟ ਸਾਹਿਬ ਖੋਲੋ ਅੱਗੋਂ ਨੰਬਰ 2 ਵਾਲੀ, ਰਾਜ ਸਾਹਿਬ ਸੂ ਕਿੱਲਾ ਦੇ ਕੋਲ 17-18 ਕਿਲੋ ਦੁੱਧ ਕਰੇਗੀ, ਹਲੇ ਕੱਚੀ ਭੋਲੀ ਬਿਲਕੁਲ, ਤੁਹਾਨੂੰ ਤਾਂ ਵੀ ਚੰਗਾ ਮਜ਼ਬੂਤ ਲੱਗਿਆ, 2,75,000 ਦਾ, 2,75,000 ਲਓ ਦੋਸਤਾਂ ਨੰਬਰ 1 ਤੇ ਚੈੱਕ ਕਰਾਈਏ, ਇਹ 2,75,000 ਅੱਗੇ ਆ ਗਈ ਜੀ ਨੰਬਰ 2 ਤੇ,
ਖਾਣ ਦੋਸਤਾਂ ਚੈੱਕ ਕਰ ਲੈਣੇ ਨੇ ਕਿੰਨਵਾਂ ਸੂਆ ਸੂਈ ਹੈ ਰਾਤ ਦਾ, ਇਹ ਦੂਸਰਾ ਸੂਆ ਹੈ। ਕਿੱਦਾਂ ਦੀ ਸੂਈ ਹੈ? ਤੀਸਰੀ ਚਵਾਈ ਕਰਨੀ ਹੈ। ਠੀਕ ਹੈ, ਦੋ ਇਹਦੀਆਂ ਚਵਾਈਆਂ ਹੋਈਆਂ ਨੇ ਬੋਲੇ ਤੇ। ਸੂਆ ਕਿੰਨਵਾਂ ਦੱਸਿਆ? ਦੂਸਰਾ। ਪਹਿਲੀਆਂ ਦੋ ਚਵਾਈਆਂ 'ਚ ਕਿੰਨਾ ਬੋਲਾ ਕੱਢਿਆ? ਬੋਲਾ ਤਕਰੀਬਨ ਹੋਣਾ ਜੇ 16 ਕਿਲੋ ਦੋਵਾਂ ਚਵਾਈਆਂ ਦਾ। ਜਿਹੜੇ ਭਰਾ ਨੇ ਇਹਨਾਂ ਦੇ ਅੰਦਰ ਭਰਾ ਦੇ ਕੋਈ ਮਸ਼ੀਨ ਨਹੀਂ ਲੱਗੀ ਦੁੱਧ ਵਾਲੀ, ਜੋ ਪਾਉਣਾ ਉਹਨਾਂ ਝੱਡਰਾ ਦੇ ਕਰ ਸਾਨੂੰ। ਠੀਕ ਹੈ, ਯਾਨੀ ਦੋ ਹੀ ਚਵਾਈਆਂ ਹੋਈਆਂ ਨੇ। ਪਹਿਲੀਆਂ ਦੋ ਚਵਾਈਆਂ 'ਚ ਕੋਈ 16 ਕਿਲੋ ਬੋਲਾ ਕੱਢਿਆ, ਦੂਸਰਾ ਸੂਆ ਮਾਸ਼ਾਅੱਲਾ ਜੀ। ਭਾਈ ਜਾਨ ਜ਼ਰਾ ਸਿੱਧੀ ਕਰਕੇ ਖਿਲਾਰੋ। ਲੋ ਜੀ ਦੋਸਤੋ, ਲਾਮ ਅਤੇ ਹਾਈਟ ਦੀ ਵੇਖ ਲੈਣੀ ਮਾਸ਼ਾਅੱਲਾ ਜੀ, ਵੱਡੀ ਜਸਾਮਤ ਵਾਲਾ ਜਾਨਵਰ ਹੈ, ਮੁਕੰਮਲ ਨਜ਼ਾਰਾ ਕਰਨਾ। ਠੀਕ ਹੈ, ਸ਼ਰਾਫਤ ਵੀ ਵੇਖ ਲੈਣੀ ਹੈ। ਚਿਹਰਾ ਭਾਈ ਦਾ ਸਾਹਮਣੇ ਕਰੋ ਜੀ, ਇਹ ਚੈੱਕ ਕਰੋ ਜੀ, ਕਾਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗ ਸੇਮ, ਜੱਟ ਸਭ ਕੀ ਪਿੱਛੇ ਜਾ ਕੱਟੀ ਕੱਟਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਦੇ ਕੱਟਾ। ਠੀਕ ਹੈ ਭਾਈ, ਕਰੋ ਜੀ ਨੰਬਰ 2 'ਤੇ ਜਬਰਦਸਤ ਜੀ ਭਾਈ ਬਿਲਾਲ, ਛੋਟੀ ਨੰਬਰ 2 ਦਾ ਰੇਟ 2,80,000 ਰੱਖੇ, ਦੋ ਦਿਨ ਗੁਜ਼ਰ ਗਏ, ਫਿਰ ਜੁਮੇ ਵਾਲੇ ਦਿਨ ਵੀਡੀਓ ਆਈ ਹੈ ਜੀ, ਅੱਗੇ ਆ ਗਈ ਨੰਬਰ 3 ਤੇ ਮਾਸ਼ਾਅੱਲਾ ਜੀ। ਇਹ ਗੱਬਣ ਜੀ, ਗੱਬਣ ਮੁਕੰਮਲ ਨਜ਼ਾਰਾ ਕਰਨਾ, ਲਿਬਾਸ ਦੋਸਤਾਂ ਵੇਖਣਾ, ਪਿਛਲੀ ਸਾਈਡ ਤੇ ਨਜ਼ਰ ਹੁੰਦਾ ਪਿਆ, ਪੁੱਠਾ ਵੀ ਚੈੱਕ ਕਰ ਲੈਣਾ। ਭਾਈ ਬਿਲਾਲ ਕਿੰਨੇ ਕਿਦਨ ਲੈਂਦੀ ਹੈ ਤੇ ਕਿੰਨਵਾਂ ਸੂਆ ਨੇ? 7 ਲੈਂਦੀ ਹੈ, ਉਂਝ ਝੋਟੀ ਥੱਲੋਂ ਭੋਲੀ ਵੇਖੋ ਕਿਵੇਂ। ਠੀਕ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, 7 ਕੁ ਦਿਨ ਲੈਂਦੀ ਹੈ ਵੀ, ਜਿਸਮ ਤੇ ਪਸ਼ਮ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ ਜੀ। ਝੋਟੀ ਕੱਟੀ, ਸੂਆ ਕਿੰਨਵਾਂ ਨੇ ਸੋਣਾ? ਮੌਲਕ ਪਹਿਲਾਂ ਆਉਂਦੇ ਨੇ ਹੈ, ਦੂਜਿਆਂ ਨੇ ਦੂਸਰਾ। ਭਾਈ ਸਾਹਮਣੇ ਕਰੋ ਜੀ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਸ਼ਮ ਜ਼ਰਾ ਦੋਸਤਾਂ ਵੇਖਣੀ ਹੈ ਜੀ, ਕੱਟੀ ਹੋਈ ਹੈ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗ ਸੇਮ, ਦੂਸਰਾ ਸੂਆ ਨੇ ਸੋਣਾ। ਦਿਨ ਭਾਈ ਬਿਲਾਲ ਕਿੰਨੇ ਲੈਂਦੀ ਹੈ? ਦਿਨ ਫਰਾਜ਼ ਭਾਈ ਕੋ 8 ਕਿ ਲੈਂਦੀ ਹੈ, 8 ਕਿ ਦਿਨ ਲੈਂਦੀ ਹੈ। ਥੱਲੇ ਵੇਖੋ ਮਾਸ਼ਾਅੱਲਾ ਹੋਣੀ ਪੰਡ ਪਾਈ ਹੈ, ਜਿਹੜੇ ਦਿਨ ਦੱਸੀ ਦੇ ਨੇ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਝੋਟੀ ਨੰਬਰ 3, ਠੀਕ ਹੈ ਜੱਟ ਸਾਹਿਬ, ਤੁਸੀਂ ਅਗਲਾ ਜਾਨਵਰ ਰੈਡੀ ਰੱਖਿਆ ਕਰੋ। ਲੋ ਦੋਸਤੋ, ਕੋਲਾ ਚੱਡਾ ਆ ਜੀ, ਹਲੇ ਕੱਚੀ ਹੈ, 8 ਕੁ ਦਿਨ ਲੈਂਦੀ ਹੈ ਵੀ, ਦੂਸਰਾ ਸੂਆ ਨੇ ਸੋਣਾ ਮਾਸ਼ਾਅੱਲਾ। ਲੈਤੀ ਗਾਂਜ ਨਾਲ ਲਿਬਾਸ ਕਰ ਗਿਆ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਥਾਣ ਵੀ ਦੋਸਤਾਂ ਵੇਖ ਲੈਣੇ ਨੇ। ਜੀ ਭਾਈ ਬਿਲਾਲ, ਛੋਟੀ ਨੰਬਰ 3 ਦਾ ਰੇਟ 2,65,000 ਨੰਬਰ 3 ਤੇ ਚੈੱਕ ਕਰਾਈਏ। ਪੰਕ ਸਾਹਿਬ ਦੋਸਤਾਂ ਨੂੰ ਧੁੰਨੀ ਵੀ ਚੈੱਕ ਕਰਾਓ ਤੇ ਤੁਹਾਨੂੰ ਸਾਹਮਣੇ ਚੈੱਕ ਕਰਾਓ। ਲਓ ਜੀ ਦੋਸਤੋ, 2,65,000 ਛੋਟੀ ਨੰਬਰ 3 ਸੀ, ਅੱਗੇ ਆ ਗਈ ਜੀ ਨੰਬਰ 4 ਤੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਾਮ ਵੀ ਵੇਖ ਲੈਣੀ ਹੈ, ਹਾਈਟ ਚੈੱਕ ਕਰਨੀ ਹੈ, ਅੱਖਾਂ, ਦੋ ਅੱਖਾਂ ਦੀ ਰੰਗ ਸੇਮ। ਸੂਆ ਕਿਨਵਾ ਭਾਈ ਬਿਲਾਲ ਦਾ? ਤੀਸਰਾ ਸੂਆ, ਮੱਝ ਨੰਬਰ 4, ਤੀਸਰਾ ਸੂਆ ਸੂਈ ਹੈ, ਲਾਮ ਛੜ। ਕਿੱਦਾਂ ਦੀ ਸੂਈ ਹੈ? 15 ਕੁ ਦਿਨ ਹੋ ਗਏ ਨੇ, ਤੀਸਰਾ ਸੂਆ ਸੂਈ ਹੈ, ਨੰਬਰ 4 ਤੇ ਚੈੱਕ ਕਰਾਨੇ ਆ ਪੇ। ਦੁੱਧ ਕਿੰਨਾ ਭਾਈ ਇਹਦੇ ਕੋਲ? 13 ਕਿਲੋ ਭਾਈ, ਇੱਥੇ ਖਿਲਾ ਰਹੇ ਹੋ ਜੀ, ਪਿੱਛੇ ਜਾ ਕੇ ਕੱਟੀ ਸੂ, ਕੱਟਾ ਬੋਲਾ ਕੱਟਾ, ਆ ਚੈੱਕ ਕਰੋ ਪਿੱਛੇ ਤੇ ਕੱਟਾ, ਤੀਸਰਾ ਸੂਆ ਸੂਈ ਹੈ, ਮੱਝ ਨੰਬਰ 4, ਚਿਹਰਾ ਵੀ ਦੋਸਤਾਂ ਵੇਖ ਲੈਣਾ। ਇੱਕ ਉਂਗਲ, ਠੀਕ ਹੈ, ਆ ਚੈੱਕ ਕਰ ਲਓ ਮਾਸ਼ਾਅੱਲਾ, ਮੂੰਹ ਦੀ ਮੂੰਹ ਝਾਤੀ ਨਾਲੇ ਉਹ ਮੱਝ ਕਾਦੀ ਹੁੰਦੀ ਸੰਡਾ ਹੁੰਦਾ। 13 ਕਿਲੋ ਦੁੱਧ, ਥਣ ਵੀ ਦੋਸਤਾਂ ਵੇਖਣੇ ਨੇ, ਸੋਹਣੇ ਪਾਵਰਫੁਲ ਥਣ ਲੱਗੇ ਨੇ, ਆ ਚੈੱਕ ਕਰੋ ਮਾਸ਼ਾਅੱਲਾ ਜੀ, 13 ਕਿਲੋ ਦੁੱਧ ਦੇ ਪਿੱਛੇ ਦੇ ਕੱਟਾ, ਟੋਰੋ ਭਾਈ ਜਾਨ। ਲਓ ਜੀ ਦੋਸਤੋ, ਨੰਬਰ 4 ਤੇ ਆ ਗਈ ਮਾਸ਼ਾਅੱਲਾ ਜੀ, ਲਾਮ ਵੀ ਇਹਦੀ ਵੇਖ ਲੈਣੀ ਹੈ, ਵੱਡੀ ਜਸਾਮਤ ਵਾਲਾ ਜਾਨਵਰ ਹੈ, ਤੀਸਰਾ ਸੂਆ ਸੂਈ ਹੈ, 13 ਕਿਲੋ ਦੁੱਧ, ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਬੱਚੇ ਸਮੇਤ, ਪੁੱਠਾ ਦੋਸਤਾਂ ਫਿਰ ਚੈੱਕ ਕਰਨਾ ਅਤੇ ਲਿਬਾਸ ਵੀ ਚੈੱਕ ਕਰਾ ਦਿੰਦੇ ਹਾਂ।
ਜੀ ਬਾਜਵਾ ਸਾਹਿਬ, ਮੱਝ ਨੰਬਰ 4 ਦਾ ਰੇਟ 2,55,000, ਸਿਰਫ 2,55,000, ਦੁੱਧ 13 ਕਿਲੋ 13 ਕਿਲੋ, ਜ਼ਿੰਦਾਬਾਦ। ਲਓ ਜੀ ਦੋਸਤੋ, ਦੁੱਧ 13 ਕਿਲੋ, ਕੀਮਤ ਸਿਰਫ 2,55,000 ਅੱਗੇ ਆ ਗਈ ਹੈ ਜੀ। ਅਤੇ ਝੋਟੀ ਨੰਬਰ ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਵੇਖ ਲੈਣਾ, ਸਿੰਘ ਚੈੱਕ ਕਰਨੇ ਨੇ, ਜਿਸਮ ਅਤੇ ਪਸ਼ਮ ਵੀ ਚੈੱਕ ਕਰਨੀ ਹੈ ਜੀ। ਆਹ ਚੈੱਕ ਕਰੋ ਜੀ, ਠੀਕ ਹੈ। ਕਿੰਨਵਾਂ ਸੁਆਹ ਸੂਈ? ਦੂਸਰਾ ਕਿਉਂ ਰਿਹਾ ਭਾਈ? ਦੂਸਰਾ ਸੁਆਹ ਸੂਈ ਹੈ, ਕਿੱਦਾਂ ਦੀ ਸੂਈ ਹੈ? ਮੈਨੂੰ ਫਿਲਹਾਲ ਭਾਈ ਦੇਣ ਅੱਜ ਦੂਸਰਾ ਜੇ ਬੋਲੇ 'ਤੇ ਜਿਹਾ ਅਭੀ ਬੋਲੇ 'ਤੇ, ਠੀਕ ਹੈ। ਨੰਬਰ ਆ ਗਈ 5 'ਤੇ, ਦੂਸਰਾ ਸੁਆਹ ਸੂਈ ਹੈ ਫਿਲਹਾਲ ਬੋਲੇ 'ਤੇ। ਅਤੇ ਕਿੰਨੀਆਂ ਚਵਾਈਆਂ ਕੀਤੀਆਂ ਨੇ ਅਤੇ ਕਿੰਨਾ ਬੋਲਾ ਕੱਢਿਆ? ਚਾਰ ਚਵਾਈਆਂ। ਕਿੰਨਾ ਬੋਲਾ ਦਿੰਦੀ ਹੈ? ਯਾਨੀ ਕਿ ਇੱਕ ਦਿਨ ਦਾ ਕੋਈ ਸੁੱਟ ਗਏ ਜੀ? ਜੀ ਭੱਲੇ ਤੇ ਬੋਲੇ ਤੇ, ਠੀਕ ਹੈ। ਬੋਲੇ ਤੇ ਯਾਨੀ ਕਿ ਕੱਟੀ ਪਿੱਛੇ ਤੇ ਕੱਟੀ। ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਕੱਟੀ ਵੀ ਦੋਸਤਾਂ ਵੇਖ ਲੈਣੀ। ਝੋਟੀ ਨੰਬਰ 5, ਦੂਸਰਾ ਸੁਆਹ ਸੂਈ ਹੈ ਫਿਲਹਾਲ ਬੋਲੇ ਤੇ, ਦੂਸਰਾ ਹੀ ਦਿਨ ਨੇ ਮਾਸ਼ਾਅੱਲਾ ਜੀ। 12-13 ਕਿਲੋ ਬੋਲਾ ਹੈ, ਦੋਵਾਂ ਟਾਈਮਾਂ ਦਾ ਟੋਟਲ ਧੁਨੀ ਦਾ ਨਿਸ਼ਾਨ ਹੀ ਤੁਹਾਨੂੰ ਦੋਸਤਾਂ ਫਿਰ ਵੇਖਣੇ ਨੇ। ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਆਹ ਹੈ ਵੀ ਜਤਲ, ਯਾਨੀ ਕਿ ਪੱਛਮ ਦੋਸਤਾਂ ਵੇਖ ਲੈਣੀ। ਝੋਟੀ ਨੰਬਰ 5 ਚੰਗਾ ਥਣ ਮਜ਼ਬੂਤ ਲੱਗਿਆ ਪਾਵਰ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, 4-5 ਜੀ ਭਾਈ ਬਿਲਾਲ, ਝੋਟੀ ਨੰਬਰ 5 ਦਾ 60,000 ਦੀ ਸਾਲ ਭਾਈ, 2,60,000 ਨੰਬਰ 5 ਜੀ। ਫਰਾਜ਼ ਸਾਹਿਬ ਬੁੱਢੇ ਹੋ ਗਿਆ, ਜਿਹੜੀ ਗਲਤੀ ਹੈ ਮੈਂ ਮੰਨਣਾ, ਨਹੀਂ ਗਲਤੀ ਲੱਗ ਜਾਂਦੀ ਕਿਤੇ, ਬੁੱਢਾ ਹੋ ਗਿਆ ਬੁੱਢੇ। ਦੇਖੋ ਇਹ ਨੰਬਰ 5 ਤੇ ਪਾਵਰਫੁਲ। ਅੱਛਾ ਫਰਾਜ਼ ਸਾਹਿਬ, ਬੱਚੇ ਬੁੱਢਿਆ ਕਰ ਛੱਡ ਕੇ, ਬੱਚੇ ਜਦੋਂ ਪਿਓ ਨੂੰ ਸਮਝਾਉਣ ਲੱਗ ਪਏ, ਪਿਓ ਨੂੰ ਦੁੱਖ ਹੁੰਦਾ ਕਿ ਵੇਖੋ ਮੈਂ ਬਾਪ ਹਾਂ ਤੇ ਮੈਨੂੰ ਸਮਝਾਉਣ ਡਿਆ ਉੱਠ ਕੇ ਮੇਰਾ ਪੁੱਤਰ, ਫਿਰ ਬੰਦਾ ਬੁੱਢਾ ਵੀ ਹੋ ਜਾਂਦਾ। ਅੱਛਾ, ਇਹ ਨੰਬਰ 5 ਤੇ 2,60 ਲਾਇਆ ਅੱਜ ਭਾਈ, 2,00,000 ਅੱਗੇ ਆ ਗਈ ਜੀ। ਨੰਬਰ 6 ਤੇ ਕਿੰਨਵਾਂ ਸੁਆਹ ਭਾਈ ਬਿਲਾਲ? ਸਿੰਧਨ ਇਹਨੇ ਵੀ ਤੀਸਰਾ ਸੁਆਹ, ਸਿੰਧਨ ਨਸਲ ਤੀਸਰਾ ਸੁਆਹ, ਪਹਿਲਵਾਨ ਚੀਜ਼ ਹੈ। ਅਤੇ ਸਿੰਧਨ ਨਸਲ ਦੇ ਸੂਬੇਦਾਰ ਸਾਹਿਬ ਬਾਦਸ਼ਾਹ ਕਿ ਨੇ, ਅੱਜ ਪਤਾ ਨਹੀਂ ਕੀ ਵਜ੍ਹਾ ਸਿੰਧਨ ਤੋਂ ਪਿੱਛੇ ਪਿੱਛੇ ਹਟਦੇ ਨੇ ਪਏ। ਸੂਬੇਦਾਰ ਸਾਹਿਬ ਕੀ ਗੱਲ ਹੈ ਅੱਜ? ਸਿੰਧਨ ਦੇ ਤਾਂ ਪੂਰੇ ਫੈਨ ਹੋ, ਆਸ਼ਕ ਹੋ ਪੂਰੇ। ਸਿੰਧਨ ਦੁੱਧ ਵੀ ਦੇ ਦਈਏ, ਸਿੰਧਨ ਖਾ ਕੇ ਗੋਹਾ ਨਹੀਂ ਕਰਦੀਆਂ। ਉਸ ਦਾ ਮਿਸਾਲ ਵੀ ਸੁਣਾਓ ਨਾ ਜੀ, ਜਿਹੜੀ ਸਿੰਧਨ ਕੀ ਕਹਿੰਦੇ ਉਹ ਦਰਿਆਓ ਪਾਰ ਹੋਵੇ ਤੇ ਪਤਾ ਹੈ ਨਾ ਮੈਂ ਡੁੱਬ ਵੀ ਜਾਣਾ, ਪਰ ਅਗਰ ਮੂੰਹ ਖਾਓ ਪਤਾ ਹੈ ਨਾ ਮੈਂ ਡੁੱਬ ਵੀ ਜਾਣਾ ਜੀ ਜੀ, ਤੇ ਤਾਂ ਵੀ ਉੱਥੋਂ ਜਾ ਕੇ ਲੈ। ਤੀਸਰਾ ਸੁਆਹ ਸੂਈ ਹੈ ਸਿੰਧਨ ਨਸਲ ਹੈ, ਬੱਗੀ ਮੁੱਛ, ਸ਼ਰਾਫਤ ਦੋਸਤਾਂ ਵੇਖ ਲੈਣੀ ਹੈ। ਭਾਈ ਬਿਲਾਲ ਕਿੱਦਾਂ ਦੀ ਸੂਈ ਹੈ? ਸੋਹਣੇ ਪਾਵਰਫੁਲ ਤਨ ਲੱਗੇ ਨੇ, ਧੁਨੀ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ। ਟੋਰਿਓ ਭਾਈ ਬਿਲਾਲ ਕਿੰਨਾ ਬੋਲਿਆ ਤੇ ਕੋਲ? ਟੋਰੋ 14 ਕਿਲੋ, ਦੋਵਾਂ ਟਾਈਮਾਂ ਦਾ ਟੋਟਲ ਯਾਨੀ ਬੱਚੇ ਸਮੇਤ ਆਟਾ ਵਗੈਰਾ ਸੁੱਟ ਕੇ ਮਜ਼ੀਦ ਇਨਸ਼ਾਅੱਲਾ ਅਜ਼ਾਫਾ ਹੋਏਦਾ। ਲਿਬਾਸ ਦੋਸਤਾਂ ਫਿਰ ਵੇਖਣਾ, ਪਿੱਛੇ ਦੇ ਕੱਟਾ ਮਾਸ਼ਾਅੱਲਾ ਜੀ, ਸਿੰਗਲ ਹੱਡੀ ਪੁੱਠਾ ਵੀ ਦੋਸਤਾਂ ਵੇਖ ਲੈਣਾ। ਮੱਝ ਨੰਬਰ 6 ਜੀ ਬਾਜਵਾ ਸਾਹਿਬ, ਮੱਝ ਨੰਬਰ 6 ਦਾ ਰੇਟ 2,65,000 ਜ਼ਿੰਦਾਬਾਦ। ਪਸੰਦ ਹੁੰਦੇ ਨੇ ਕਿ ਨਹੀਂ? ਸੋਹਣਾ ਰੇਟ, ਜਿੱਦਣ ਮਾਸ਼ਾਅੱਲਾ ਚੇਤਰ ਹੋਏਗਾ ਉਦੋਂ ਵੀ ਇੰਨੇ ਦੀਆਂ ਵਿਕਣ ਗਿਆ ਇਨਸ਼ਾਅੱਲਾ। ਇਨਸ਼ਾਅੱਲਾ ਅੱਗੇ ਆ ਗਈ ਜੀ ਨੰਬਰ 7 ਤੇ ਗੱਬਨ ਝੋਟੀ, ਤਿੰਨ ਉਂਗਲਾ। ਕਿੰਨਵਾਂ ਸੁਆਹ ਦਾ? ਦੂਸਰਾ। ਟੋਰੋ ਭਾਈ ਜਾਨ, ਮੈਂ ਆਪਣੇ ਉਸਤਾਦਾਂ ਨੂੰ ਕਹਿੰਦਾ, ਗਾਈਆਂ ਵੀ ਮਾਸ਼ਾਅੱਲਾ ਚੰਗੀਆਂ ਤੇ ਮਹੀਆਂ ਵੀ ਚੰਗੀਆਂ ਲਿਆਉਂਦੇ ਨੇ। ਉਹਨਾਂ ਦੇ ਬਾਪ ਨੇ ਅਸਮ ਡੋਗਰ ਦੇ ਬਾਪ ਨੇ ਇੱਥੇ ਅਮੀਦ ਗੁੱਜਰ ਕੋਲੋਂ ਸਨ 2000 ਦੀ ਗੱਲ ਹੈ ਕਿ ਪਤਾ ਨਹੀਂ 90 ਦੀ ਕਿ 85 ਦੀ, ਉਦੋਂ 2,00,000 ਦੀ ਉਹਨੇ ਮੱਝ ਲਈ ਸੀ। ਚਾਰ ਦਾ ਹੀ ਪਰ ਸ਼ਹੀਦ ਗੁੱਜਰ, ਅਮੂਦ ਗੁੱਜਰ ਦਾ ਭਰਾ, ਵਿੱਕੀ ਦਾ ਚਾਚਾ ਜੀ ਜੀ। ਉਹਨੇ ਕਿਹਾ ਭਾਅ ਹੈ ਮੱਝ ਦੇਣੀ, ਉਹਨੇ ਕਿਹਾ 2,00,000 ਜੋ ਦਿੰਦੇ ਹੀ ਨਹੀਂ ਹਨ। ਉਹਨੇ ਕਿਹਾ 2,00,000 ਦੀ ਆਮ ਹੀ ਨੇ, ਉਹ 2,00,000 ਦੀ ਉਹਨਾਂ ਵਕਤ। ਉਹਨੇ ਕਿਹਾ ਬੱਲੇ ਦਾ ਬੱਲਾ ਨਾ ਤਾਂ ਮੱਥੇ 'ਤੇ ਪੁੱਲੀ ਜ਼ਰੂਰ ਹੁੰਦੀ ਹੈ। ਅਤੇ ਮੈਂ ਅੱਜ ਉਹਨਾਂ ਨੂੰ ਕਹਿਣ ਲੱਗ ਪਾ, ਉਹਨਾਂ ਨੂੰ ਪਤਾ ਹੀ ਨਹੀਂ ਆ ਉਹ ਐਜ ਨਹੀਂ ਤਾਂ ਹੈ,
ਤੇ ਮੇਰੀ ਵੇਖੂ ਵੀ ਤੇ ਨਲੈਕੀ ਹੈ ਨਾ ਤੇ ਮੈਂ ਆਵਾਂ ਵੀ ਕਿ ਤੂੰ ਫੌਜ ਚੋਂ ਆ ਵੀ ਮੈਨੂੰ ਆਇਆ ਵੀ ਹੋਏ ਚਾਰ ਦਿਨ ਹੋਣ ਤੇ ਮੈਂ ਉਹਨੂੰ ਸਮਝਾਉਣਾ ਸ਼ੁਰੂ ਕਰਦਾ ਉਹਨਾਂ ਦੇ ਬਾਪ ਨੇ 2 ਲੱਖ ਦੀ ਅੱਜ ਤੋਂ 30-40 ਸਾਲ ਦੀ ਗੱਲ ਹੈ ਉਦੋਂ 2 ਲੱਖ ਦੀ ਕਾਰ ਹੁੰਦੀ ਸੀ ਉਦੋਂ ਉਹਨੇ ਮੱਝ ਲਈ ਸੀ ਜ਼ਬਰਦਸਤ ਹਾਂਜੀ ਏ ਬਾਈ ਬਲਾਲ ਕਿਨਵਾ ਸੋ ਆਨੇ ਸੋਣਾ ਦੂਸਰਾ ਸੋ ਆਪਰਾ ਚਾਲੇ ਕੱਚੀ ਇਹ ਦਿਨ ਕਿੰਨੇ ਕ ਲੈਂਦੀ ਹੈ 13 ਕ ਲੈਂਦੀ 12 13 ਦਿਨ ਲੈਂਦੀ ਹੈ ਵੀ ਦੂਸਰਾ ਸੋ ਸੋਣਾ ਮਾਸ਼ਾਅੱਲਾ ਜੀ ਦੇਖੋ ਥੱਲੇ ਚੁੱਕੀ ਲੋਏ ਦੋਸਤੋ ਅਥਾਣੀ ਇਹ ਲੈ ਲਿਬਾਸ ਇਨਸ਼ਾਅੱਲਾ ਲੈ ਕਰੇ ਇਹਦੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਇਹ ਮੁਕੰਮਲ ਹਾਈਟ ਦੀ ਸਮਤ ਵੀ ਦੋਸਤਾਂ ਚੈੱਕ ਕਰਾਨੇ ਆ ਝੋਟੀ ਨੰਬਰ ਹੈ ਜੀ 7 1 ਅੱਖ ਕਾਲੀ ਤੇ ਇੱਕ ਬਿੱਲੀ ਦੋਸਤਾਂ ਵੀ ਵੇਖ ਲੈਣੀ ਮਾਸ਼ਾਅੱਲਾ ਜੀ ਸਿੰਗੀਆਂ ਚੈੱਕ ਕਰ ਲੈਣੀਆਂ ਨੇ ਸਿੰਗੀਆਂ ਸੋਹਣੀਆਂ ਨੇ ਵਾਹਿਦ ਜੱਟ ਕੋਲ ਲਈ ਤੇ ਉਹਦੀ ਕੋਈ ਵੀ ਮੈਂ 3 ਉਂਗਲਾਂ ਤੋਂ ਬਾਅਦ ਸੇਕਣੀ ਆ ਵਾਹਿਦ ਜੱਟ ਕੋਲੋਂ ਠੀਕ ਦੋਰੋ ਭਾਈ ਜਾਨ ਝੋਟੀ ਨੰਬਰ 7 ਗੱਬਨ ਝੋਟੀ ਹੈ 12 13 ਦਿਨ ਲਿੰਦੀ ਵੀ ਮਾਸ਼ਾਅੱਲਾ ਜੀ ਮੁਕੰਮਲ ਨਜ਼ਾਰਾ ਕਰ ਲੈ ਹੈ ਹਲੇ ਕੱਚੀ ਚੱਡੇ ਖਿਲਾਰ ਕੇ ਟੋਟੀ ਫਰਾਜ਼ ਸਾਹਿਬ ਹੈ ਚੈੱਕ ਕਰੋ ਮਾਸ਼ਾਅੱਲਾ ਜੀ ਦੇਖੋ ਚੱਡੇ ਕਿਸ ਤਰ੍ਹਾਂ ਮਾਸ਼ਾਅੱਲਾ ਜੀ ਭਾਈ ਬਲਾਲ ਝੋਟੀ ਨੰਬਰ 7 ਦਾ ਰੇਟ ਰਾਤ ਇਹਦਾ ਰੇਟ ਮੇਰਾ ਕੀ ਭਰਾ ਪਸੰਦ ਹੋਏ ਤੇ ਪੁੱਛ ਲੇਗਾ ਸ਼ਕੀਨ ਝੋਟੀ ਹੈ ਜੀ ਜੀ ਜਿਹਦੇ ਭਰਾ ਨੇ 10 12 ਦਿਨ ਪੱਠੇ ਪਾਣਾ ਸਮਝੋ 50,000 ਰੁਪਏ ਉਹਨਾਂ ਖਾਈਆਂ ਤੇ ਇੰਨਾ ਕੁ ਮਾਸ਼ਾਅੱਲਾ ਤੇ ਦੂਸਰਾ ਸੋਹਾ ਨੇ ਸੋਹਣਾ ਇਹ ਚੈੱਕ ਕਰੋ ਜੀ ਮੁਕੰਮਲ ਨਜ਼ਾਰਾ ਕਰਨਾ ਲੱਤ ਕਢਾਇਓ ਬਾਈ ਦਿਨ ਕਿੰਨੇ ਕ ਲੈਂਦੀ ਹੈ 9 ਕੁ ਦਿਨ ਤੋਂ ਨੀਵੀਂ ਦੋਸਤਾਂ ਵੇਖ ਲੈਣੀ ਹੈ ਭਾਈਚਾਰਾ ਵੀ ਇਹਦਾ ਸਾਹਮਣੇ ਕਰੋ ਜੀ ਝੋਟੀ ਨੰਬਰ 8 ਗੱਬਨ ਝੋਟੀ ਹੈ ਬਿੱਲੀਆਂ ਅੱਖਾਂ ਦੋ ਅੱਖਾਂ ਦੇ ਰੰਗ ਸੇਮ ਠੀਕ ਹੈ ਦੂਸਰਾ ਸੋਹਾ ਨੇ ਸੋਹਣਾ ਚਰਸ ਪੀਣ ਤੋਂ ਮੁਰਾਦ ਆਵੇ ਕਿ ਚਰਸ ਹਕੀਕਤ ਚ ਨਹੀਂ ਪੀਣੀ ਪੁਸ਼ਲ ਜੇਬ ਚ ਪਾਣੀ ਤੇ ਸੂਬੇਦਾਰ ਸਾਹਿਬ ਚਰਸ ਅੰਜ ਪੀਂਦੇ ਨੇ ਰਾਜ ਸਾਹਿਬ ਮੈਂ ਤਾਂ ਦੋਸਤਾਂ ਇਹਨਾਂ ਸਮਝਣ ਕਿ ਹਕੀਕਤ ਚ ਕੋਈ ਕੰਮ ਹੋਣਾ ਰਾਜ ਸਾਹਿਬ ਇਹਨੂੰ ਆਂਦੇ ਨੇ ਮੱਝਾ ਵੇਖ ਪੀਓ ਕੀ ਬਾਤ ਆ ਚੈੱਕ ਕਰੋ ਜ਼ਿੰਦਾਬਾਦ ਇਹਦਾ ਹੀ ਪੁੱਤਰ ਇਸ ਕੁਝ ਇਹਦਾ ਪੈਕਟ ਵੀ ਪੈਕੇਜ ਮੁਬਾਰਕ ਦੀ ਖੁਸ਼ੀ ਮਈਆਂ ਦੇ ਮੁੱਲ ਚਾਹੀਦੇ ਕੋਈ ਖੁਸ਼ੀ ਵਿਖਾਈ ਨਹੀਂ ਇਹਨੇ ਆਪਣਾ ਤਮਾ ਵਿੱਚ ਰੱਖਿਆ ਹੀ ਰੱਖਿਆ ਉਹ ਗਾਵਾਂ ਚ ਖੁਸ਼ੀ ਵਹਾ ਲੈ ਗਾਵਾਂ 2,40,000 ਭਾਈ ਅਮਰ ਲੈ ਆਓ ਜੀ ਗਾ ਨੰਬਰ 1 ਗਾਵਾਂ ਦੋ ਨੇ ਹਾਂਜੀ ਦੋ ਗਾਵਾਂ ਨੇ ਦੋ ਨਹੀਂ ਦੋਸਤ ਜਰਸੀ ਜਰਸੀ ਫਰੀਦ ਇਹਦੇ ਪਿੱਛੇ ਬੱਚੀ ਵੇਖੋ ਮਾਂ ਕਿਤੇ ਤੇ ਗਾਂ ਕਿਤੇ ਜਾਣ ਕੇ ਇੰਨੇ ਭੱਲਿਆ ਚੈੱਕ ਕਰੋ ਮਾਸ਼ਾਅੱਲਾ ਨਾੜੂ ਵੇਖ ਲੈਣਾ ਦੋਸਤਾਂ ਪਿੱਛੇ ਦੇ ਬੱਚੀ ਹੈ ਬੱਚਾ ਕੋਈ ਹੋਈ ਜਾਂਦਾ ਵਾਧਾ ਘਾਟਾ ਹੋਈ ਜਾਂਦਾ ਅਮਰ ਨੇ ਪਹਿਲੇ ਬੱਚੀ ਕਿਹਾ ਬਾਅਦ ਚ ਬੱਚਾ ਕਹਿ ਰਿਹਾ ਚਲੋ ਕੋਈ ਨੀ ਕਿਨੂੰ ਕਿਦਾਂ ਦੀ ਸੂਈ ਹੈ ਭਾਈ ਬਿਲਾਲ ਨਾਰੋ ਨਾਲ ਜੇ ਬੱਚੀ ਤੀਸਰਾ ਦਿਨ ਬੋਲੇ ਤੇ ਬੱਚਾ ਹਾਂਜੀ ਪਿੱਛੇ ਦੇ ਬੱਚਾ ਜੀ
ਤੇ ਤੀਸਰਾ ਦਿਨ ਖਿਲਾਰਾ ਹਾਂ ਜਰਾ ਅਮਰ ਸਾਹਿਬ ਭਾਪੀ ਜਰਾ ਸਾਈਡ ਤੇ ਹੋਆ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕੰਨ ਦੋਸਤਾਂ ਵੇਖਣੇ ਨੇ ਛੋਟੇ ਛੋਟੇ ਥਾਣਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਆ ਭਾਈ ਹੋਰਾਂ ਕਰੋ ਜਰਾ ਤੀਸਰਾ ਦਿਨ ਕਿੰਨਾ ਬੋਲਿਆ ਦੇਖੋ ਬੋਲਾ ਫਿਰ ਅੱਜ ਇਹ ਲੈ ਕੇ 13 ਕਿਲੋ ਕੰਨੀਆਂ ਦੇ ਕੱਢ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕੰਨੀਆਂ ਦੇ ਕੱਢਣ ਡਈ ਜੀ ਸ਼ਿੱਗੀ ਤੋਂ ਕੰਨੀਆਂ ਦੇ ਕੱਢਦੀ ਹੈ ਭਈ ਫਿਲਹਾਲ ਬੋਲੇ ਤੇ ਪਿੱਛੇ ਦੇ ਵੱਛਾ ਸਵਾ ਦੂਸਰਾ ਦੇ ਨਾਲੇ ਤੀਸਰਾ ਤੇ ਕਿੰਨਾ ਬੋਲਿਆ ਦੇ ਕੋਲ ਬੋਲਾ ਇਸ ਟਾਈਮ ਕੋਈ 13 ਟੋਰ ਭਾਈ 13 ਕਿਲੋ 13 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਹਾਂਜੀ ਠੀਕ ਹੈ ਜੀ ਨਸਲ ਕੀ ਹੈ ਜੀ ਫਰੀਜ਼ੀਅਨ ਜਰਸੀ ਕਰਾਸ ਜਰਸੀ ਤੋਂ ਫਰੀਜ਼ੀਅਨ ਕਰਾਸ ਜੀ ਭਾਈ ਬਲਾਲ ਗਾਂ ਨੰਬਰ 1 ਦਾ ਰੇਟ 2,05,000 ਦੀ ਫਰਾਸ ਦੇ ਗਾਂ 2,05,000 ਸਮਝੋ ਪੂਰੀ ਜੀ ਜਸਾਮਤ ਪਹਿਲੇ ਨੇ ਚੌਗੀ ਚਾਰ ਦੰਦ ਇਹ ਚੈੱਕ ਕਰੋ ਮਾਸ਼ਾਅੱਲਾ ਪੂਰੀ ਚੌਗੀ ਨਹੀਂ ਲੱਗੀ ਦੋਂਦੀ ਤੋਂ ਚੌਗੀ ਹੋ ਰਹੀ ਜੀ ਜੀ ਠੀਕ ਹੈ ਜੀ ਡੋਗਰ ਸਾਹਿਬ ਮੈਂ ਬੱਚੀ ਕਹਿ ਰਿਹਾ ਸੋਹਣੀ ਮੈਂ ਇਹ ਨਾ ਕਿ ਮੈਨੂੰ ਵੀ ਵੇਖੋ ਤੇ ਬੱਚੀ ਵੀ ਵੇਖੋ ਉਹ ਮੇਰਾ ਯਾਰ ਮੈਂ ਗੁੱਸੇ ਹੋ ਜਾਂਦਾ ਵੇਲਾ ਸਾਡੇ ਦਿਲ ਕੋ ਪੁੱਛੋ ਤੁਹਾਡੀ ਕਦਰ ਕੀ ਹੈ ਬਿਲਕੁਲ ਜੀ ਉਹਨਾਂ ਦੀ ਗੱਲ ਵੀ ਬਜਾਏ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕਿਦਾਂ ਦੀ ਸੂਈ ਹੈ ਭਾਈ ਬਲਾਲ ਬੋਲਾ ਇਹ ਲੈ ਵੇਖੋ ਚਿੱਟਾ ਠੀਕ ਕਿਦਾਂ ਦੀ ਸੂਈ ਨੂੰ ਵਾਲੇ ਨੂੰ ਦੂਜਾ ਦੇਣੇ ਆ ਜੀ ਦੂਸਰਾ ਦੇਣੇ ਕਿੰਨੀਆਂ ਚਵਾਈਆਂ ਕੀਤੀਆਂ ਨੇ ਚਵਾਈ ਚਾਰ ਕੀਤੀਆਂ ਸਾਉ ਬੜੀ ਕਿੰਨਾ ਬੋਲਿਆ ਤੇ ਕੋਲ ਰਾਜ ਸਾਹਿਬ ਇੱਕ ਸ਼ਾਹ ਇਧਰੋਂ ਬਖਾ ਰਿਓ ਸਿੰਘ ਚਿੱਟਾ ਜਿਹਦਾ ਸਿੰਘ ਚਿੱਟਾ ਹੋਏ ਨਾ ਵੈੜੀ ਦਾ ਉਹ ਅੱਖਾਂ ਭੀੜ ਕੇ ਲੈ ਲਓ ਜਿੰਨਾ ਨੂੰ ਪਾਓਗੇ ਓਨਾ ਹੀ ਦੁੱਧ ਮਾਸ਼ਾਅੱਲਾ ਦੇਗਾ ਵਪਾਰ ਕਰਾਂ ਦਾ ਦੋਸਤ ਉਹਦੀ ਵੀ ਅੰਦਾਜ਼ਾ ਕਰ ਲਓ ਭਾਈ ਬਲਾਲ ਰੇਟ ਦਾ ਵੀ 2,10,000 ਦੀ ਫਰਾਦ ਕੀ ਹੈ ਬ੍ਰਾਂਡ ਚੰਗੀ ਲੱਗੀ 2,10,000 ਤੋਹਫਾ ਵੇਖੋ ਪਸੰਗੀ ਵੜੀ ਦਾ ਸਾਊ ਹੈ ਪੈਗਾਮ ਲੈਨੇ ਆ ਤੁਸੀਂ ਮਾਸ਼ਾਅੱਲਾ ਹੁਸ਼ ਹੋ ਤੇ ਹੁਸ਼ੀ ਚ ਪੈਗਾਮ ਸਹੀ ਨਹੀਂ ਦਿੱਤਾ ਜਾਂਦਾ ਤੇ ਅਸੀਂ ਪੈਗਾਮ ਲੈਨੇ ਆ ਸੁਬੇਦਾ ਸਾਹਿਬ ਐਸ ਵੜੀ ਦਾ ਅੱਖਾਂ ਦਾ ਐਡੀ ਅੱਖਾਂ ਨਹੀਂ ਮਾਸ਼ਾਅੱਲਾ ਤੇ ਮੂੰਹ ਦਾ ਮੁੱਲ ਹੈ 2,10,000 ਜੀ ਜੀ ਬਾਕੀ ਸਾਰੀ ਫਰੀ ਜੀ ਸੁਬੇਦਾ ਸਾਹਿਬ ਫਰਾਜ਼ ਸਾਹਿਬ ਆਵੇ ਅੱਜ ਬੱਚਿਆਂ ਨੇ ਗੁੱਸਾ ਕਰਾ ਹੜਿਆ ਮੈਂ ਤੇ ਗੁੱਸਾ ਹੁੰਦਾ ਨਹੀਂ ਮੇਰੀ ਛੱਡ ਵੀ ਏਦੀ ਹੋ ਇੱਕ ਗੱਲ ਹੋਲੀ ਸੂਰਤ ਮੇਰੀ ਨਾ ਅਗਲੇ ਦਾ ਵੇਖ ਲੋਕਾਂ ਨੇ ਸੁਬੇਦਾ ਸਾਹਿਬ ਤੁਹਾਨੂੰ ਵੇਖ ਕੇ ਤੁਸੀਂ ਆਏ ਆ ਡੰਗਰ ਲੈਣ ਦੂਸਰਾ ਮੇਰਾ ਪੁੱਤਰ ਕੋ ਦੁੱਧ ਕਿਸੇ ਨੂੰ ਲੱਭ ਕੋ ਘੱਟ ਵੱਧ ਆਸ਼ੇ ਤੇ ਉਹਦੀ ਮੈਂ ਮਦਦ ਚਾਹਨਾ ਇਹਦੀ ਆ ਮੰਗਣੀ ਦੀ ਖੁਸ਼ੀ ਵਿੱਚ ਨਾ ਜਿੰਨਾ ਬੰਦਿਆਂ ਨੂੰ ਸਮਝਦੇ ਨੇ ਕਿਉਂਕਿ ਇਹਨੇ ਕੋ ਦੁੱਧ ਜ਼ਿਆਦਾ ਦੱਸਿਆ ਥੋੜ੍ਹਾ ਇੱਦਾਂ ਤੋਂ ਉਹਨਾਂ ਕੋ ਮੈਂ ਮਦਦ ਚਾਹਨਾ ਦੁਨੀਆਂ ਦੇ ਇੱਥੇ ਫੇਰਾ ਇੱਕੋ ਹੀ ਬਹਿ ਨਹੀਂ ਰਹਿਣਾ ਐਵੇਂ ਬੰਦਾ ਇੰਜ ਅਗਲੇ ਦਿਨ ਦੀ ਗੱਲ ਇਹ ਜਿਹੜਾ ਇਸ ਜ਼ਬਾਨ ਨੇ ਫਰਾਜ਼ ਸਾਹਿਬ ਕੀ ਅਗਲੇ ਦਿਨ ਮੈਂ ਤੁਹਾਨੂੰ ਮੈਂ ਪੁੱਤਰ ਕਿਹਾ ਤੁਸੀਂ ਇੱਕ ਦਿਨ ਥੋੜ੍ਹਾ ਗੁੱਸਾ ਕੀਤਾ ਮੈਂ ਕਿਹਾ ਮੈਂ ਤੁਹਾਨੂੰ ਪੁੱਤਰ ਕੀ ਹੈ ਜੀ ਜੀ ਯਾਦ ਹਾਂਜੀ ਗੱਲ ਲੇਕਿਨ ਇਹ ਨਹੀਂ ਹੋ ਸਕਦਾ ਅਗਲੇ ਦਿਨ ਦੀ ਗੱਲ ਹੈ ਸਾਹ ਕੱਢ ਯਾਰ ਸਾਹ ਤੋਂ ਕੱਢ ਅਗਲੇ ਦਿਨ ਦੀ ਗੱਲ ਹੈ ਕਿ ਮੇਰੇ ਪਟਵਾਰੀ ਸਾਹਿਬ ਨੇ ਤੇ ਭਲੋਰੇ ਪਟਵਾਰੀ ਰਹੂਗਾ ਜੀ ਜੀ ਤੂੰ ਵੇਖਿਆ ਅਕਸਰ ਮੈਂ ਉਹਨਾਂ ਦਾ ਨਾਂ ਲੈਂਦਾ ਰਹਿੰਦਾ ਕਿ ਵੀਡੀਓ 'ਚ ਉਹ ਗੱਡੀ 'ਚ ਆਉਂਦੇ ਨੇ ਮੱਝਾਂ ਹੀ ਸਮੈਲ ਆਉਂਦੀ ਹੈ ਆਉਂਦੀ ਕਹਿੰਦੀ ਕਿ ਜਦੋਂ ਉਹਦਾ ਮੈਂ ਵੀਡੀਓ 'ਚ ਨਾਂ ਨਾ ਲਾਵਾਂ ਮੈਨੂੰ ਕੋਈ ਨਸ਼ਾ ਨਹੀਂ ਹੁੰਦਾ ਜੀ ਜੀ ਅਗਲੇ ਦਿਨ ਦੀ ਗੱਲ ਹੈ ਕਿ ਇੱਥੇ ਇੱਕ ਕੰਮ ਸੀ ਤੇ ਮੇਰੇ ਬਰਖੁਰਦਾਰ ਕੋਈ ਇੱਕ ਬੰਦਾ ਬੈਠਾ ਤੇ ਉਹ ਇਹਨੂੰ ਮਜਬੂਰ ਕਰੇ ਕਿਸੇ ਗੱਲ 'ਤੇ ਕਿਸੇ ਗੱਲ ਤੋਂ ਮਜਬੂਰ ਕਰੇ ਉਹ ਬੰਦਾ ਮੇਰੇ ਕੋਲ ਗਲਤੀ ਹੋ ਗਈ ਮੈਂ ਉਹਦਾ ਸੱਦ ਲੈਂਦਾ ਉਹ ਮਜਬੂਰ ਕਰੇ ਉਹਨੇ ਮੈਨੂੰ ਕੰਮ ਕਿਹਾ ਚਲੋ ਮੈਂ ਉਧਰ ਬਿਮਾਰ ਬੜਾ ਮੈਂ ਜਾਂਦਾ ਹਾਂ ਪਿਆ ਮੇਰੇ ਨਾਲ ਇਹ ਇਕਬਾਲ ਪਹਾੜੀਆ ਵੀ ਨਾਲ ਬੈਠਾ ਹੋਏ
ਮੈਂ ਕਿਹਾ ਪੁੱਤਰ ਇਹ ਕੰਮ ਤੂੰ ਨਾ ਕਰ। ਪੁੱਤਰ ਨੇ ਕਿਹਾ ਮੈਨੂੰ ਇਹ ਨਹੀਂ ਕਿ ਮੈਂ ਨਹੀਂ ਕਰਦਾ ਜੀ, ਜ਼ਰੂਰਤ ਨਹੀਂ ਪੈਸੀ ਉੱਦਣ ਮੈਨੂੰ ਰੱਬ ਲੈ ਜਾਈਏ ਪਹਾੜ ਮੰਨ ਲਿਆ ਜਿੱਦਾਂ ਮੇਰਾ ਪੁੱਤਰ ਮੇਰੇ ਅੱਗੇ ਜਵਾਬ ਦੇ। ਪੁੱਤਰ ਨਾ ਕੋਈ ਕੋਇਆ ਬੋਇਆ ਨਹੀਂ ਤਾਂ ਮੈਨੂੰ ਕੋਈ ਸ਼ੱਕ ਪੈ ਗਿਆ। ਮੈਨੂੰ ਇਕਬਾਲ ਪਹਾੜੀਆ ਆਉਂਦਾ, ਮੁਤਜ਼ਾ ਨੂੰ ਆਉਂਦੇ ਇਕਬਾਲ, ਇਕਬਾਲ ਨੂੰ ਆਉਂਦੇ ਨੇ ਸੂਬੇਦਾਰ, ਤੂੰ ਕੀ ਐਡਾ ਮੁੰਡੇ ਨੂੰ ਮੰਡਣ ਡਿਆ ਆਵੇਂ। ਮੈਂ ਕਿਹਾ ਯਾਰ ਤੂੰ ਤਾਂ ਸ਼ੌਕੀਆ ਤੌਰ 'ਤੇ ਮੇਰੇ ਨਾਲ ਬਹਿ ਗਿਆ, ਸ਼ਹਿਰ ਨੂੰ ਬਣਾਉਂਦੇ ਭਰਾ, ਤੂੰ ਤਾਂ ਮੇਰੇ ਨਾਲ ਸ਼ੌਕੀਆ ਤੌਰ 'ਤੇ ਬਹਿ ਗਿਆ। ਮੇਰਾ ਪਤਾ ਮੈਂ ਬਿਮਾਰ ਹਾਂ ਜਾਂ ਮੇਰਾ ਵੱਡਾ ਭਰਾ ਮੇਰਾ ਪਤਾ ਲੈ ਕੇ ਕਿਤੇ ਜਾਂ ਉਹ ਮੇਰਾ ਲੈਣ ਆਇਆ ਸੁਬਹਾ ਸੁਬਹਾ, ਅਤੇ ਪਟਵਾਰੀ ਕੋਲ ਟਾਈਮ ਨਹੀਂ ਹੁੰਦਾ, ਨਹੀਂ ਹੁੰਦਾ, ਅਤੇ ਤੂੰ ਮੈਨੂੰ ਆਹਨਾ ਵਾਰ ਵਾਰ ਕਿ ਕੀ ਤੂੰ ਉਹਨੂੰ ਮੁੰਡੇ ਨੂੰ ਆਖੀ ਜਾਂਦਾ। ਹੁਣ ਪੁੱਤਰ ਪਿਓ ਤਾਂ ਝੂਠਾ ਨਹੀਂ ਹੋ ਸਕਦਾ, ਪਿਓ ਝੂਠਾ ਤਾਂ ਨਹੀਂ ਹੋ ਸਕਦਾ। ਹੁਣ ਪੁੱਤਰ ਨੂੰ ਪਤਾ ਸੀ ਸ਼ਟਾਲੇ 'ਚ ਬੀ ਕਿਹੜਾ ਪਾੜਾ, ਹੁਣ ਮੈਂ ਕਿਹੜਾ ਪਾਗਾ ਪੁੱਤਰ ਦੀ, ਹੁਣ ਜ਼ਰੂਰਤ ਨਾ ਪਏ ਅੱਬੇ ਜਿਹੜਾ ਗੱਲ ਕਰਾਂ। ਇਹਨੇ ਮੁਲਾਜ਼ਮ ਨੂੰ ਘੱਲਿਆ ਮੰਦਸਰ ਬੀਆਂ ਵਾਲੇ ਕੋਲ, ਉਹਨੇ ਆਖਿਆ ਅੱਬੇ ਨੂੰ, ਉਹ ਮੁਲਾਜ਼ਮ ਆਉਂਦਾ ਉਹਨੂੰ ਅੱਬੇ, ਇਹਦੇ ਅੱਬੇ ਨੂੰ ਫੋਨ ਕਰਕੇ ਪੁੱਛੋ ਬੀ ਕਿਹੜਾ ਪਾੜਾ। ਮੈਂ ਕਿਹਾ ਬੀ ਮੈਂ ਹੁਣ ਨਹੀਂ ਪਾਉਣਾ, ਬੀ ਪੁੱਤਰ ਤੂੰ ਪਾਉਣਾ, ਤੈਨੂੰ ਪਤਾ ਤੂੰ ਕਿਹੜਾ ਬੀ ਪਾਉਣਾ, ਮੈਨੂੰ ਕੀ ਪਤਾ ਕਿਹੜਾ ਬੀ ਪਾਉਣਾ, ਤੈਨੂੰ ਪਤਾ ਹੈ। ਉਹ ਮੁਦੱਸਰ ਫਿਰ ਆਉਂਦਾ, ਨਹੀਂ ਫਿਰ ਫੋਨ ਕਰਦਾ। ਮੈਂ ਕਿਹਾ ਮੁਦੱਸਰ ਮੈਨੂੰ ਨਹੀਂ ਪਤਾ ਬੀ ਕਿਹੜਾ ਪਾਉਣਾ, ਬੀ ਉਹਨੂੰ ਪਤਾ। ਜਦੋਂ ਮੇਰੀ ਉਹਨੇ ਮੰਨੀ ਨਹੀਂ, ਮੈਨੂੰ ਉਹਨੇ ਜਵਾਬ ਨਹੀਂ ਦਿੱਤਾ, ਅਤੇ ਉਹਨੂੰ ਮੈਂ ਉਹ ਮੈਨੂੰ ਗੱਡੀ ਜਾਂਦਾ ਤੂੰ, ਮੈਂ ਇੱਥੋਂ ਲੈ ਕੇ ਮੈਂ ਸਿਆਲਕੋਟ ਤੱਕ ਬੋਲਿਆ ਨਹੀਂ। ਉਹਨੇ ਕਿਹਾ ਸੂਬੇਦਾਰ ਤੂੰ ਅਸੀਂ ਬੋਲਿਆ ਨਹੀਂ। ਉਹਨੇ ਕਿਹਾ ਜਵਾਨ ਇਲਾਜ ਤੂੰ ਇੰਝ ਨਹੀਂ ਦਵਾਈ ਦਾ। ਮੈਂ ਕਿਹਾ ਜਿਹਨੂੰ ਚੰਗਾ ਕਹਿ ਲਓ ਉਹਨੂੰ ਭੈੜਾ ਨਹੀਂ ਕਹੀਦਾ ਇਕਬਾਲ ਸਾਹਿਬ, ਅਤੇ ਮੈਂ ਉਸ ਬੰਦੇ ਨੂੰ ਆਪਣੀ ਜ਼ਬਾਨ 'ਚੋਂ ਕਿਹਾ ਕਿ ਹਰ ਵੀਡੀਓ ਨਾ ਲੈਂਦਾ, ਉਹਨੂੰ ਮੈਂ ਚੰਗਾ ਕਿਹਾ, ਉਹਨੂੰ ਮੈਂ ਭੈੜਾ ਕਿਉਂ ਕਹਿਣਾ। ਉਸ ਫਿਰ ਇਸ ਪੁੱਤਰ ਨੇ ਫਿਰ ਉਹ ਕੰਮ ਕਰਕੇ ਅਤੇ ਮੈਨੂੰ ਜਵਾਬ ਤਾਂ ਤਿੰਨ ਦੇਣੇ ਦੀ ਜ਼ਰੂਰਤ ਨਹੀਂ ਸੀ ਪਈ ਮੇਰੇ ਸਾਹਮਣੇ ਆਈ ਜਾਣਾ। ਜੇ ਤੁਸੀਂ ਵੀਡੀਓ 'ਤੇ ਆਏ ਹੋ ਨਾ ਬਣਾਉਣ, ਉੱਦਣ ਮੈਨੂੰ ਅੱਬਾ ਅੱਬਾ ਪਿੱਛੇ ਮੱਠਾ ਮੱਠਾ ਬੱਚਿਆਂ ਦਾ ਅੱਬਾ ਅੱਬਾ ਅੱਬਾ, ਅਤੇ ਜਿਹਨੂੰ ਚੰਗਾ ਕਹਿ ਲਓ ਨਾ ਇਸ ਜ਼ਬਾਨ 'ਚ ਉਹਨੂੰ ਭੈੜਾ ਨਾ ਕਹੋ, ਭਾਵੇਂ ਕੱਖ ਨਾ ਰਹੇ, ਉਹ ਮਹੀਂ ਭਾਵੇਂ ਇੱਕ ਨਾ ਵਿਖੇ, ਉਹ ਮਹੀਆਂ ਦਾ ਤਲਾ ਕਿੱਧਰ ਆ ਗਿਆ ਕਿ ਨਾਗਲੇ ਦਾ ਵੱਡਿਆਂ ਦੇ ਨਾਲ ਨਾ ਆ ਗਿਆ ਤਾਂ ਬੰਦਾ ਆਖਣਾ ਸ਼ੁਰੂ ਸਮਝਾਉਣਾ ਸ਼ੁਰੂ ਕਰਦੇ, ਮੱਝ ਇੱਕ ਨਾ ਵੀ ਰਿਸ਼ਤਾ ਕੁਛ ਮਾਲਕ ਦੇਣਾ। ਅੱਜ ਮੈਂ ਨਾ ਹੋਵਾਂਗਾ ਨਾ ਤਾਂ ਮੇਰੇ ਮਗਰੋਂ ਪੁੱਤਰ ਨੇ ਸਾਂਭ ਲੈਣਾ, ਪੁੱਤਰ ਨਾ ਆਏਗਾ ਮਗਰੋਂ ਦੂਜੇ ਨੇ ਸਾਂਭ ਲੈਣਾ। ਇਹ ਰਿਜ਼ਕ ਉਸ ਮਾਲਕ ਜਿੰਨਾ ਲਿਖ ਛੜਿਆ, ਲੇਕਿਨ ਵੀਡੀਓ 'ਚ ਕਿਸੇ ਦੇ ਗਾਂਧੇ ਵੇਖੋ ਫਰਾਜ਼ ਸਾਹਿਬ ਵੀਡੀਓ ਬਣਾਉਂਦਾ, ਵੇਖੋ ਤੁਸੀਂ ਮੇਰੀ ਕਿੰਨੀ ਬਣਾਉਂਦੇ ਹੋ, ਰੱਬ ਦੀ ਰਹਿਮਤ ਵੀ ਕਿੰਨੀ, ਵੇਖੋ ਨਾ ਸਾਰਾ ਹੀ ਮਾਲ ਪਿਛਲਾ ਵੇਖ ਗਿਆ, ਕੋਈ ਨਵਾਂ ਆ ਗਿਆ ਜੀ, ਆਖਿਰ ਕੋਈ ਖੜਦਾ ਹੀ ਤੇ ਜਾਂਦਾ ਨਾ। ਬਿਲਕੁਲ, ਮੈਂ ਚੁੱਕ ਚੁੱਕ ਕੇ ਆਖਣਾ ਸ਼ੁਰੂ ਕਰਦਿਆਂ ਉਹ ਫਲਾਣਿਆ ਤੂੰ ਇੰਝ ਨਾ ਕਰ, ਤੂੰ ਇੰਝ ਨਾ ਕਰ, ਅਤੇ ਆਇਆ ਵੀ ਮੈਨੂੰ ਕੀ ਦੱਸਣ ਡੇ ਹੋਏ ਕੀ ਆਪਣਾ ਤਈਬ ਸਾਹਿਬ ਰਲੀ ਰਲੀ ਆ ਲੇਟ ਵਾ ਮੇਰੀ ਆ ਪਿੱਟੜੀ ਆ ਵੇਖ, ਅਤੇ ਰਲੀ ਵੀ ਮੈਂ ਸਵੇਰ ਦੇ ਜਿਹੜੇ ਟੁਰੇ ਹੋਣ ਸ਼ਾਮ ਪੈਂਦੀ ਹੋਏ, ਅਤੇ ਰਲਾਂ ਵੀ ਸ਼ਾਮ ਦੇ ਟਾਈਮ, ਅਤੇ ਨਾਲ ਸਮਝਾਉਣ ਵੀ ਲੱਗ ਪਾਂ। ਉਸ ਪੁੱਤਰ ਨੂੰ ਮੇਰਾ ਇਹ ਮਸ਼ਵਰਾ ਵੀ ਹੈ ਅਤੇ ਪੈਗਾਮ ਵੀ ਹੈ, ਅਤੇ ਉਹਦੇ ਅੱਗੇ ਮੇਰੀ ਅਰਜ਼ ਵੀ ਹੈ ਅਤੇ ਅਪੀਲ ਵੀ ਹੈਗਾ, ਪਿਓਵਾਂ ਦੀਆਂ ਨਕਲਾਂ ਦੀਆਂ ਪਿਓਵਾਂ ਦੀਆਂ ਗੱਲਾਂ ਨਹੀਂ ਕਰੀਦੀਆਂ, ਜਦੋਂ ਵੀ ਕਰੋ ਬੱਚਿਆਂ ਨਾਲ ਕਰ ਲਓ। ਅਤੇ ਆਖਰ ਤੇ ਬਾਬਾ ਜੀ ਤੁਹਾਡੀ ਕੋਈ ਗੱਲ ਹੈ? ਅੱਜ ਕੱਲ੍ਹ ਹੁਣ ਬਾਬਾ ਵੇ ਫਲੋਰੇ ਹੁੰਦਾ, ਪਟਵਾਰੀ ਸਾਹਿਬ ਦਾ ਗੁਆਂਢੀ ਹੈ, ਮੈਂ ਇਹਨੂੰ ਕੀ ਦੇਣਾ, ਇਹ ਚਾਹ ਆਈ ਇੱਕ ਭਾਬੇ ਨੇ ਵੀ ਪੀ ਲਿਆ, ਸਾਰਿਆਂ ਪੀ ਲਿਆ, ਇੱਥੋਂ ਚੁੱਪ ਕਰਕੇ ਟੁੱਟ ਜਾਣਾ ਨਸ਼ਾ ਨਾ। ਉਹਨਾਂ ਦਾ ਗੁਆਂਢੀ ਪਟਵਾਰੀ ਸਾਹਿਬ ਮੇਰਾ ਯਾਰ ਯਾਰ ਨਹੀਂ ਪਟਵਾਰੀ ਸਾਹਿਬ, ਉਹਨਾਂ ਦਾ ਗੁਆਂਢੀ ਹੈ, ਅਤੇ ਆਇਆ ਮਿਲ ਕੇ ਟੁਰ ਗਿਆ। ਮੈਂ ਆਖਾਂ ਨਹੀਂ ਬੂਟਾ ਕੜਾ ਹੋ ਗਿਆ, ਕਿੰਨੇ ਮਿੰਟ ਹੋ ਗਏ ਨੇ ਪੈਸੇ ਪੂਰੇ ਕਰਨੇ ਨੇ? 35 ਮਿੰਟ 35 ਮਿੰਟ ਹੋ ਗਏ ਨੇ, ਆਖਰ ਤਾਂ ਨਾਰਾ ਲੱਗੇ ਜ਼ੋਰਦਾਰ। ਆਖਰ ਤਾਂ ਮੈਂ ਇਹ ਕਹਾਂਗਾ ਕਿ ਮੇਰੇ ਕੋਲੋਂ ਮੇਰਾ ਪੁੱਤਰ ਜਾਂ ਮੇਰਾ ਦੁਸ਼ਮਣ ਜਾਂ ਮੇਰਾ ਸੱਜਣ, ਮੇਰੇ ਕੋਲੋਂ ਨਾ ਫਰਾਜ਼ ਸਾਹਿਬ ਫਿਰ ਨੀਂਦਰ ਨਹੀਂ ਪੈਂਦੀ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ।
ਮੇਰੇ ਕੋਲ ਕੋਈ ਉਹਦੀ ਸ਼ਾਨ ਦੇ ਖਿਲਾਫ ਗੱਲ ਹੋਈ ਤਾਂ ਮੈਂ ਉਹਦੀ ਮਾਜ਼ਰਤ ਚਾਹੁੰਦਾ, ਮਾਜ਼ਰਤ ਦੀ ਮਾਫ਼ੀ ਚਾਹੁੰਦਾ। ਅਤੇ ਪਿਓਾਂ ਨੂੰ ਨਹੀਂ ਉਹ ਸਮਝਾਏਗਾ ਕਿ ਜਿੱਦਣ ਤੁਸੀਂ ਗੌਰ ਕੀਤਾ ਹੈ ਕਿ ਜਿੱਦਣ ਤੁਸੀਂ ਪਹਿਲਾਂ ਆਉਂਦੇ ਹੋ ਤਾਂ ਮੈਂ ਤੁਹਾਨੂੰ ਸਲਾਮ ਮੰਜ ਲੈਂਦਾ, ਜਿੱਦਣ ਤੁਹਾਡੇ ਵਾਲਦ ਸਾਹਿਬ ਇੱਥੇ ਆਏ ਹਨ ਉਦਣ ਜੀ ਜੀ ਖਤਮ 'ਤੇ, ਅਤੇ ਜਿੱਦਣ ਉਹਨੇ ਕਿਹਾ ਇਹ ਮੇਰਾ ਪੁੱਤਰ ਹੈ ਥੋੜ੍ਹੀ ਜਿਹੀ ਗੱਲ ਉਦਣ ਤਾਂ ਸੱਚੀ ਦੱਸੋ ਤਾਂ ਜਬ ਸਾਹਿਬ ਮੈਂ ਇਹਨੂੰ ਆਪਣਾ ਕਿਸ ਤਰ੍ਹਾਂ ਮਿਲਣਾ ਦੱਸੋ, ਇਸ ਤਰ੍ਹਾਂ ਹੀ ਉੱਠ ਕੇ ਨਹੀਂ ਮਿਲ ਪੈਂਦਾ, ਜੱਫਾ ਪਾ ਕੇ ਜਨਾਬ ਉੱਠ ਕੇ ਕਿਉਂ ਮਿਲਣਾ ਕਿ ਇਹਦੇ ਬਾਪ ਨੇ ਇਹਦੀ, ਜੇ ਅਗਰ ਸਾਡੇ ਹੀ ਲਾ ਦੀ ਉੱਠ ਕੇ ਸਾਨੂੰ ਲੱਗ ਪਏ ਸਮਝਾਉਣ ਤਾਂ ਫਿਰ ਨਹੀਂ ਠਹੀ, ਜਿਹੜੀ ਗੱਲ ਸਹੀ ਉਹਨੂੰ ਸਹੀ ਕਹੋ, ਜੇ ਨਹੀਂ ਸਹੀ ਮੇਰੀ ਗਲਤੀ ਹੈ ਮੈਂ ਗਲਤੀ ਮੰਨਦਾ। ਦੇਖੋ ਮੈਂ ਇਹ ਵੀ ਕਿਹਾ ਵੀਡੀਓ 'ਚ ਜੇ ਮੇਰੇ ਕਿਸੇ ਪੁੱਤਰ ਨੇ ਕੋਈ ਦੁੱਧ ਲੱਭ ਕੇ ਇਹਨੂੰ ਵੱਧ ਦੱਸਿਆ ਨਾ ਤਾਂ ਮੈਂ ਉਹਦੀ ਮਾਦਰ ਚਾਹੁੰਦਾ ਅਤੇ ਮੈਂ ਕੋਸ਼ਿਸ਼ ਕਰਾਂਗਾ। ਦੂਸਰਾ ਜਿਹੜੇ ਭਰਾ ਵੀਡੀਓ 'ਚ ਡੰਗਰ ਲੈਂਦੇ ਨਾ, ਜਿਹੜੇ ਵਪਾਰੀ ਨੇ ਉਹ ਧੁੰਨ ਕੇ ਸਾਂਭਦੇ ਨੇ, ਤੇਲ ਲੱਗੇ ਵੇਖੋ ਅਤੇ ਅੱਗੇ ਵੇਖੋ, ਉਹਨੂੰ ਕੋਈ ਇੱਕ ਦਿਨ ਡੰਗਰ ਰਹੇ ਦੋ ਦਿਨ ਰਹੇ ਉਹਨਾਂ ਧੁੰਨ ਕੇ ਸਾਂਭਣਾ ਹੁੰਦਾ, ਉਹ ਨਹੀਂ ਆ ਸਕਦੇ। ਅਤੇ ਇੱਕ ਟਾਈਮ ਵੀਡੀਓ, ਅੱਜ ਕੱਲ੍ਹ ਜਦੀਦ ਦੌਰ ਆ ਗਿਆ, ਇੱਕ ਟਾਈਮ ਵੀਡੀਓ ਤਾਂ ਮਹੀਂ ਚੁਆਣ ਅਤੇ ਸਵੇਰੇ ਆ ਕੇ ਮਹੀਂ ਚੋਕ ਅਤੇ ਮਹੀਂ ਲੈ ਜਾਣ ਜੀ ਜੀ। ਮੈਂ ਤਾਂ ਉਹਨਾਂ ਨੂੰ ਇਹ ਮਸ਼ਵਰਾ ਦਿਆਂਗਾ ਕਿ ਇੱਕ ਟਾਈਮ ਵੀਡੀਓ 'ਤੇ ਚੁਆ ਲੈਣ, ਦੂਜੇ ਟਾਈਮ ਆ ਕੇ ਨਹੀਂ ਤਾਂ ਸ਼ਾਮੀ ਆ ਜਾਣ, ਸ਼ਾਮੀ ਚੋਣ ਸਵੇਰੇ। ਜਿਹੜਾ ਮੇਰਾ ਬਰਖੋ ਦਾ ਦੁੱਧ ਦੱਸੇਗਾ ਉਹਦੇ ਕੋਲ ਦੁੱਧ ਦੀ ਅਗਰ ਲੱਭ ਘੱਟ ਹੋਏਗਾ ਤਾਂ ਮੈਂ ਉਹਨਾਂ ਭਰਾ ਮੁੱਲ ਘੱਟ ਕਰ ਛੱਡਾਂ, ਉਹਨਾਂ ਮੁੱਲ ਮੈਂ ਸਾਫ ਜੀ ਘੱਟ ਕਰ ਛੱਡਾਂਗਾ ਜੀ ਜੀ। ਅਤੇ ਬੋਲਦੇ ਤਾਂ ਭਾਵੇਂ ਸਾਰਾ ਦਿਨ ਹੀ ਹੈ, ਲੇਕਿਨ ਕਿਸੇ ਦੇ ਗੰਦ ਸੁੱਟਣ ਦਾ ਸਵਾਦ ਹੀ ਨਹੀਂ ਹੈ। ਜਦੋਂ ਕਿਸੇ ਦੇ ਸੁੱਟਣਾ ਨਾ, ਉਦੋਂ ਉਸ ਮਾਲਕ ਨੇ ਇੱਥੋਂ ਫੜ ਲੈਣਾ, ਠਹਿਰ ਜਾ ਜਾਣਾ ਕਿੱਥੇ ਰੁਪਿਆ, ਉਹ ਮੇਰੇ ਬੰਦੇ 'ਤੇ। ਮੇਰਾ ਅਗਰ ਏਡਾ ਬੰਦਾ ਚੰਗਾ ਨਾ ਹੁੰਦਾ ਤਾਂ ਮੈਂ ਇਹਨੂੰ ਬਣਾਉਂਦਾ ਹੀ ਨਾ, ਇਹਨੂੰ ਮੈਂ ਬਣਾਇਆ ਤਾਂ ਕੋਈ ਮਕਸਦ ਹੀ ਮਤਲਬ ਬਣਾਇਆ, ਇਹਨੂੰ ਮੈਂ ਆਪਣੀ ਬਾਤ ਵਾਸਤੇ ਬਣਾਇਆ ਜਾਂ ਇਹਨੂੰ ਮੈਂ ਮਾਲ ਦੀ ਖਿਦਮਤ ਕਰਨ ਵਾਸਤੇ ਬਣਾਇਆ ਜਾਂ ਮੈਂ ਕਿਸੇ ਹੋਰ ਕਿਸੇ ਮਕਸਦ, ਅਤੇ ਮੈਂ ਇਹਨੂੰ ਬਣਾਉਂਦਾ ਹੀ ਨਾ। ਅਤੇ ਆਖਰ ਤਾਂ ਫਿਰ ਜੇ ਕਿਸੇ ਮੇਰੇ ਪੁੱਤਰ ਨੂੰ ਇਸ ਗੱਲ ਦੀ ਕੋਈ ਮਸਲ ਸਮਝਦਾ ਕਿ ਤਾਂ ਮੈਂ ਉਹਦੇ ਕੋਲ ਮਾਫ਼ੀ ਨਹੀਂ ਮਾਜ਼ਰਤ ਵੀ ਮਾਫ਼ੀ ਚਾਹੁੰਦਾ। ਅਤੇ ਪਿਓਾਂ ਦਾ ਜੇ ਇਤਰਾਮ ਜਿਹੜਾ ਬੰਦਾ ਕੀਤਾ, ਉਹ ਦੁਨੀਆਂ ਦੇ ਕਿਸੇ ਕੋਨੇ 'ਤੇ ਵੀ ਜਾਣਗੇ ਜਦੋਂ ਉੱਤੋਂ ਥੱਲੇ ਆਉਣਗੇ ਨਾ, ਉਹ ਬਾਬਾ ਜੀ ਦਿਆ ਜਦੋਂ ਉੱਤੋਂ ਪੁੱਠੇ ਆਉਣਗੇ ਥੱਲੇ ਆ ਕੇ ਸਿੱਧੇ ਆ ਕੇ ਖਲੋਈ ਜਾਣਗੇ, ਅਤੇ ਜਿਹਨਾਂ ਪਿਓਾਂ ਦਾ ਨਹੀਂ ਕੀਤਾ ਉਹ ਉੱਤੋਂ ਸਿੱਧੇ ਆਉਣਗੇ ਥੱਲੇ ਆ ਕੇ ਸਿਰ ਵੱਜੇਗਾ। ਗੱਲ ਸੁਣ, ਮੈਂ ਸੱਚੀ ਮੁੱਚੀ ਦਾ ਬੰਦਾ ਜੇ ਮੈਂ ਆਖੋ ਭਾਵੇਂ ਨੰਗੀ ਭੈਰੀ ਭੈਣ ਚੋਦ ਫਿਰਦਾ, ਸੱਚੀ ਮੁੱਚੀ ਦਾ ਬੰਦਾ ਐਸ ਬੰਦੇ ਨੇ, ਐਸ ਬੰਦੇ ਨੇ। ਇੱਧਰ ਵੇਖੋ ਮਾਛੀ ਹੋ ਗਏ, ਯਕੀਨ ਕਰੋ ਫਲੋਰੇ ਪਿੰਡ 'ਚੋਂ ਬੜੀ ਲੀਡ ਨਾਲ ਜਿੱਤਿਆ ਸੀ ਇਲੈਕਸ਼ਨ, ਸੜਕੇ ਮਿੱਟੀ ਪਾਉਂਦਾ ਅਤੇ ਪਾਉਂਦਾ ਸੜਕੇ ਮਿੱਟੀ, ਲੇਕਿਨ ਬੰਦਾ ਨਾ ਉੱਥੇ ਆ ਕੇ ਗੁਸਤਾਖੀ ਗਲਤੀ ਮੈਂ ਅੱਜ ਵੀ ਮੰਨਣਾ ਕਿ ਉੱਥੇ ਆ ਕੇ ਮੁੱਖ ਮਕਈਆ ਹੋਇਆ ਸੀ ਬੱਚੋ ਕੀ ਆ ਕੇ, ਜਿਹੜਾ ਮੈਨੂੰ ਪਤਾ ਮੈਂ ਉਦੋਂ ਚੇਅਰਮੈਨ ਹੀ ਆਏ ਪਾਸੇ ਧਿਆਨ ਦਿੰਦਾ, ਇਹ ਬਾਬੇ ਵਾਲੀ ਦੀ ਉਦੋਂ ਨਹੀਂ ਇੰਨਾ, ਲੇਕਿਨ ਬਾਬੇ ਕੋਲ ਮੈਂ ਮਾਫ਼ੀ ਮੰਗੀ, ਮੈਂ ਬਾਬਾ ਉੱਥੇ ਤੇਰੇ ਨਾਲ ਕੰਮ ਪਿਆ ਸੀ, ਉਹ ਮੈਨੂੰ ਵੀ ਪਤਾ ਲੱਗ ਗਿਆ ਤੇਰੇ ਨਾਲ ਕੰਮ ਪਿਆ ਸੀ। ਟਾਈਮ ਓਵਰ ਹੋ ਗਿਆ ਸਰ, ਟਾਈਮ ਹੋ ਗਿਆ, 40 ਮਿੰਟ ਹੋਏ ਨੇ ਕਿ ਨਹੀਂ ਹੋ ਗਏ ਨੇ, ਪਾਕਿਸਤਾਨ ਆਰਮੀ ਦਾ ਨਾਰਾ ਲਾ ਪਤਾ ਲੱਗ ਗਿਆ। ਚਾਚੇ ਦੀ ਕੋਈ ਗੱਲ ਬਣੀ ਹੈ ਕਿ ਨਹੀਂ, ਪਿਛਲੀ ਵੀਡੀਓ 'ਚ ਜ਼ਿਕਰ ਕੀਤਾ ਸੀ ਨਾ, ਨਾ ਕਰੋ ਸ਼ੁਗਲ ਹੀ ਅੱਡਾ ਕਰੋ ਚਾ ਉਹ ਚਾਚੇ ਸਾਡੇ ਦੀ ਮੁਸਕਰਾਹਟ ਬੜੀ ਜ਼ਾਲਮ ਹੈ, ਅੱਡਾ ਕਰੋ ਜ਼ਿੰਦਾ ਦਿਲ ਦੇ ਨੇ ਕੀ ਹੋਲਡੇ, ਜ਼ਿੰਦਾ ਦਿਲ ਬੰਦਾ ਹੈ ਜੀ ਜੀ, ਇਹ ਅੱਗੇ ਹੀ ਇਹਦਾ ਕੰਮ, ਅੱਡਾ ਕਰੋ ਆਖਿਆ ਤਾਂ ਅੱਜ ਦਾ, ਅੱਜ ਜ਼ਿੰਦਾ ਦਿਲ ਹੋਣੀ ਚਾਹੀਦੀ ਹੈ ਜੇ ਖਾਸ ਹੈ ਤੇ ਕਰ ਲਵੋ ਝੁੱਕ ਜਾਓ। ਬਾਜ ਜਦੋਂ ਤੁਹਾਨੂੰ ਮੈਨੂੰ ਆ ਕੇ ਆਖਿਆ ਨਾ, ਮੈਂ ਕਿਹਾ 18 19 ਤੇ 20 ਕਿਲੋ ਮੇਰੀ ਵੈੜੀ ਦੁੱਧ ਦੇਗੀ, ਇਹ ਗੱਲ ਕਹੀ ਸੀ ਇਹੋ ਗੱਲ। ਤੇ ਜਦੋਂ ਮੈਨੂੰ ਬਾਜੀ ਨੇ ਆ ਕੇ ਆਖਿਆ ਨਾ ਕਿ ਸੂਬੇਦਾਰ ਸਾਹਿਬ ਅਸਾਂ ਇਹ ਕਿਉਂ ਆਪਣਾ ਰਿਸ਼ਤੇਦਾਰ ਆਉਂਦਾ, ਤੁਹਾਡੀ ਗਾਂ ਨੇ 22-23 ਆਪੀ ਚੋਈ ਹੈ ਜੀ, ਉਹਨਾਂ ਚੋਈ ਹੈ ਆ ਹੁਣ ਵੀ ਉਹ ਗਾਂ ਚੋਈ 22-23 ਕਿਲੋ ਦੁੱਧ ਕੱਢ ਲਈ।
ਲੇਕਿਨ ਧਾਰ ਜਿਹੜੀ ਨੂੰ ਇਹਨਾਂ ਨੇ ਹਾਜੀ ਸਾਹਿਬ ਨੇ ਆਪੇ ਹੀ ਕਰਨੀ, ਮਾਸ਼ਾਅੱਲਾ ਬਾਜੀ ਨੇ ਆਪੇ ਕਰਨੀ, ਆਪੇ ਧਾਰ ਕਰਨੀ ਤੇ ਉਹ ਮੇਰੇ ਕੋਲ ਅੰਦਰ ਆ ਗਏ 22 ਕਿਲੋ ਦੁੱਧ ਆ ਜਾਂ ਝੋਲੇ ਦੀ ਰਹੀ 100 ਬਾਈ ਧਾਰ ਕੋਲੀ 30 ਕਿਲੋ ਧਾਰ ਕੋਲੀ। ਅੱਛਾ ਜੀ, ਹਾਂ ਫਰਾਜ਼ ਸਾਹਿਬ ਮੇਰੇ ਕੋਲ ਅਗਰ ਮੈਂ 100 ਮਹੀਂ ਵੇਚਣਾ ਨਾ ਉਹਦੇ ਚੋਂ 50 ਮਹੀਆਂ ਉਹੋ ਹੀ ਬੰਦੇ ਪਰਤ-ਪਰਤ ਮੇਰੇ ਕੋਲ ਆ ਕੇ ਲੈਂਦੇ ਨੇ, ਹੋਰ ਮੇਰੇ ਕੋਲ ਨਵਾਂ ਇੰਨਾ ਗਾਹਕ ਕਿੱਥੋਂ ਪੈਦਾ ਹੋਈ ਜਾਂਦਾ, ਉਹੋ ਹੀ ਜਿਹਨਾਂ ਨੂੰ ਅੱਗੇ ਦਿੱਤੀਆਂ ਪਰਤ ਪਰਤ ਕਿਉਂ ਲਈ। ਬਿਲਕੁਲ ਜੀ, ਪਾਕਿਸਤਾਨ ਆਰਮੀ ਦਾ ਨਾਂ ਤਾਂ ਬਾਬਾ ਲਾ ਹਾਂ ਚਾਚਾ ਜੀ, ਲਾ ਤੂੰ ਹੀ ਲਾ ਅੱਜ ਨਹੀਂ ਬਾਬਾ ਨਾ ਅੱਜ ਘਰ ਸੁਣੂ ਬੇਟੀ ਦਿੱਤੀ ਤੁਸੀਂ ਪਹਿਲੇ ਜ਼ਿਕਰ ਕੀਤਾ ਨਾ ਬਣਨੀ ਸ਼ੁਰੂ ਹੋਈ ਉਦੋਂ ਇਹਨਾਂ ਨੇ ਇਹਦੇ ਨਾਲੋਂ ਚੰਗੀ ਇਹਦੇ ਨਾਲ ਚੰਗੀ ਦਿੱਤੀ, ਯਕੀਨ ਕਰੋ ਹਾਜੀ ਸਾਹਿਬ ਇਹਦੇ ਨਾਲ ਚੰਗੀ ਦਿੱਤੀ। ਤੇ ਉਹ ਬਾਪ ਨੂੰ ਬਾਪ ਸਮਝਣ ਵਾਲੀ, ਇਹ ਨਹੀਂ ਨਾ ਅਗਲੇ ਦਾ ਕਿ ਜਿਹਨੂੰ ਇਹ ਨਾ ਪਤਾ ਕਿ ਮੇਰਾ ਬਾਪ ਆਇਆ ਕਿ ਪਤਾ ਨਹੀਂ ਕੌਣ ਆਇਆ। ਤੁਸੀਂ ਯਕੀਨ ਕਰੋ ਕਿ ਇਹ ਜਿਹੜੀ ਅਸੀਂ ਹੁਣ ਗਾਈ ਲੈਂਦੇ ਹਾਂ ਨਾ ਵੇ, ਇਸੇ ਤਰ੍ਹਾਂ ਮੇਰੀ ਉਹ ਬੇਟੀ ਨੂੰਹ ਸਾਰਿਆਂ ਛੋਟਿਆਂ ਨੂੰ, 4 ਬੇਟੇ ਨੇ ਸਾਰਿਆਂ ਛੋਟੇ, ਉਹ ਜਦੋਂ ਉਹਨੇ ਘਰ ਜਾਣਾ ਉਹਨੇ ਦੱਸਣਾ ਕਿ ਅੱਬੂ ਹੋਰਾਂ ਨੇ ਸਾਨੂੰ, ਅੱਬੂ ਅਤੇ ਅੰਮੀ ਕਹਿੰਦੀ ਹੈ ਜੀ ਜੀ, ਅੱਬੂ ਹੋਰਾਂ ਨੇ ਗਾਈ ਰੱਖੀ ਆ ਦੋ ਪਰ ਕਿਆ ਬਾਤਾਂ ਬਾਲਟੀਆਂ ਨੇ ਬਾਲਟੀਆਂ ਦੇ ਹੁਣ ਹਾਂਜੀ ਹਾਂਜੀ ਕਰਦੇ ਨੇ ਉਂਝ ਕਰਦੇ ਨੇ ਦੇਖ ਕੀ ਅੱਬੂ ਅਸੀਂ ਆ ਉਹਨਾਂ ਦੇ ਜਿਹੜੀ ਸਾਡੀਆਂ ਬੇਟੀਆਂ ਨੇ ਨਾ ਉਹ ਤੇ ਵੇਖੋ ਉਹਨਾਂ ਦੀਆਂ ਨੇ ਜਿੰਨਾ ਕੋਲ ਟੁੱਟ ਗਈਆਂ ਜਿੱਥੇ ਜਾਣੀਆਂ ਨੇ ਉਹਨਾਂ ਦੀਆਂ ਬੇਟੀਆਂ ਨੇ ਜਿਹੜੇ ਨਹੀਂ ਮੈਂ ਉਹਨਾਂ ਨੂੰ ਅੱਗੇ ਕਾਂਗ ਅਰਜ਼ ਕਰਾਂਗਾ ਕਿ ਅਸਲ ਬੇਟੀਆਂ ਸਾਡੀਆਂ ਜਿਹੜੀਆਂ ਅਸੀਂ ਆਪਣੀਆਂ ਵਿਆਹ ਕੇ ਲਿਆਉਂਦੇ ਹਾਂ ਨਾ ਉਹ ਆਪਣਾ ਪਿਛਲਾ ਘਰ ਸਾਰੇ ਛੱਡ ਛਡਾ ਕੇ ਭੈਣ ਭਰਾ ਰਾਤੀ ਮੈਂ ਬੈਠਾ ਉਹਨਾਂ ਦੇ ਕੋਲ ਕਿੱਡੇ ਮੈਂ ਉਹ ਸਾਰੇ ਭੈਣ ਭਰਾ ਖੋਜਦੇ ਖੇਡਦੇ ਹਾਂ ਅਤੇ ਮੈਂ ਇਹਨਾਂ ਨੂੰ ਛੱਡ ਕੇ ਨੇ ਜਾਣਾ ਅਤੇ ਅੱਗੇ ਜਾ ਕੇ ਅਸੀਂ ਇਹਨੂੰ ਇਹਨਾਂ ਨਾਲ ਸਲੂਕ ਕਰੀਏ ਉਪਰੇ ਵਾਲਾ ਅਤੇ ਕਾਹਦੀ ਸਾਡੀ ਵੀ ਜ਼ਿੰਦਗੀ ਹੈ ਜ਼ਿੰਦਗੀ ਉਹ ਹੈ ਜੀ ਨਹੀਂ ਵੀਡੀਓ ਵੱਡੀ ਹੁੰਦੀ ਹੈ ਜੀ ਜੀ ਕਿ ਦੋ ਮੇਰੇ ਬੇਟੇ ਨੇ ਜਿਨ੍ਹਾਂ ਦੇ 8-9 ਸਾਲ ਹੋਏ ਨੇ ਸ਼ਾਦੀ ਹੋਏ ਆ ਜੀ ਜੀ, ਉਹਨਾਂ ਦੇ ਮਾਸ਼ਾਅੱਲਾ 4-4 ਦੇ 4-4 ਬੱਚੇ ਜੀ ਤੇ ਦੋਵਾਂ ਦਾ ਇੱਕ ਇੱਕ ਵਾਰੀ ਜੜਵਾ ਹੋਇਆ ਜੀ ਜੀ ਮਾਸ਼ਾਅੱਲਾ ਮਾਸ਼ਾਅੱਲਾ ਦੋਵਾਂ ਬੇਟੀਆਂ ਦੇ ਇੱਕ ਇੱਕ ਵਾਰੀ ਜੜਵਾ ਹੋਇਆ ਜੀ ਜੀ ਤੇ ਅੱਗੋਂ ਦੋ ਬੇਟੇ ਉਹਨਾਂ ਦੀ ਸ਼ਾਦੀ ਕੀਤੀ ਹੈ ਹੁਣ ਕੋਈ ਮਹੀਨਾ ਸਵਾ ਹੋ ਗਿਆ ਛੋਟੇ ਬੇਟੇ ਨੂੰ ਵੀ ਅੱਲਾ ਨੇ ਬੇਟਾ ਦਿੱਤਾ ਅਤੇ ਇਹ ਸਾਰਿਆਂ ਦੀ ਛੋਟੀ ਹੈ ਮੇਰੀ ਬੇਟੀ ਜੀ ਜੀ ਅਤੇ 4 ਬੇਟੇ ਨੇ ਵੇਖੋ ਨਾ ਤੁਸੀਂ ਨੂੰਹਾਂ ਨੂੰ ਸ਼ਾਦੀ ਕਰ ਸਕਦੇ ਹੋ ਨੂੰਹਾਂ ਨੂੰ ਬੇੜੀਆਂ ਹੀ ਗਿਆ ਯਾਰ ਗੱਲ ਤਾਂ ਬੇੜੀਆਂ ਗਿਆ ਇਹਦੇ ਲੋਕ ਆਦੇ ਮੇਰੀ ਨੂੰਹ ਹੈ ਤੇ 9 ਪੋਤਰੀਆਂ ਪੋਤਰੇ ਨੇ ਅੱਲਾ ਪਾਕ ਦਾ ਬੋਲਾ ਸਾਹਿਬ ਤੇ ਮੇਰੀ ਗਾਂ ਸਾਰਿਆਂ ਨੂੰ ਰਜਾਂਦੀ ਕਿ ਨਹੀਂ ਰਜਾਂਦੀ ਹੈ ਭਈ ਰਜਾਂਦੀ ਕਿ ਨਹੀਂ ਰਜਾਂਦੀ ਅਸੀਂ ਮਾਈ ਬੁੱਢਾ ਉਹਨਾਂ ਨੂੰ ਰੋਜ਼ ਸੂਬੇਦਾਰ ਵਾਸਤੇ ਵੀ ਦੁਆ ਕਰ ਲਈ ਮੈਂ ਬੇਨਸ ਕਰਦੇ ਨੇ ਬੇ ਜੀ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਨਾ ਕਿਹਾ ਸੀ ਕਿ ਦੁੱਧ ਦੀ ਨਹਿਰ ਹੈ ਤੇ ਇਹ ਨਹਿਰ ਹੈ ਤੁਹਾਡੇ ਕੋਲ ਆਈ ਜੀ ਜੀ ਸ਼ੁਕਰ ਜਿੰਨਾ ਦਿਲ ਕਰਦਾ ਸ਼ੁਕਰ ਹੋ ਮਾਲਕ ਦਾ ਇਹਨੂੰ ਜ਼ਿੰਦਗੀ ਆਈਂਦੇ ਨੇ ਤੇ ਮੈਂ ਉੱਠ ਕੇ ਡੱਕੇ ਲਾਣੇ ਸ਼ੁਰੂ ਕਰਦਾ ਬਾਵਾਂ ਕਲਾ ਮੈਂ ਖੁਦਾ ਦੀ ਕਸਮ ਹੈ ਤੁਹਾਡੇ ਅੱਗੇ ਝੂਠ ਨਹੀਂ ਬੋਲਦਾ ਮੈਂ 7 ਕਿਲੋ ਦੁੱਧ ਵੇਚਦਾ ਵੀ ਜੇ ਉਹਦਾ ਜਾ ਕੇ 7 ਕਿਲੋ ਮੈਂ ਵੇਚਣਾ ਵੀ ਆ ਸਰ ਜ਼ਾਤੀ ਉਹਨੂੰ ਜ਼ਾਇਆ ਨਹੀਂ ਨਾ ਕਰਨਾ ਸੋਹਣੇ ਬਾਲਕ ਦੇ ਦੂਸਰੀ ਗਾਈ ਉਹ ਵੀ ਮੈਨੂੰ 5-7 ਕਿਲੋ ਜਾਂਦੀ ਉਹ ਹੀ ਸਰ ਜਿੰਨੀ ਜ਼ਰੂਰਤ ਹੈ ਜਿਹੜਾ ਜ਼ਾਫੀ ਉਹ ਬਜਾਇਆ ਹੱਸਦੇ ਕਿ ਉਹ ਜ਼ਾਇਆ ਹੋਏ ਵੰਡਾ ਛੰਡਾ ਪਾਣਾ ਫਿਰ ਪਾਕਿਸਤਾਨ ਆਰਮੀ ਜ਼ਿੰਦਾਬਾਦ ਸਵਾਦ ਨਹੀਂ ਆਇਆ ਇਸ ਆਰਮੀ ਨੇ ਨਾ ਫਰਾਜ਼ ਸਾਹਿਬ ਉਸ ਆਰਮੀ ਉਹਦੇ ਇੱਥੇ ਬੈਠੇ ਆ ਵਰਨਾ ਹਾਂ ਪਤਾ ਨਹੀਂ ਕਿਤੇ ਕਿੱਥੇ ਹੋਣਾ ਸੀ ਚਾਚਾ ਜੀ ਤੁਸੀਂ ਜ਼ਰਾ ਜ਼ੋਰ ਨਾਲ ਬਹੁਤ ਹੋਣਾ ਚਾਹੀਦਾ